पॉइंट्स आप ही काउंट करोगे ना? हाँ जी ठीक है। टीम बैठी है, टीम पहला टीम नु मिलाओगे, तेने खरीदता नहीं लाए पहले? नहीं नहीं नहीं, जल्दी आने का यही फायदा होता है। तो तोड़ा पहला सवाल ए है। हाँ जी सही जवाब है, वेरी गुड। मैं भी एसबीआई में दब नहीं लगा, हम खड़े हुए एसबीआई में यार लंच ब्रेक में, ऐसी कोई बात नहीं, हमें पता है। पंजाब बारे सवाल क्यों नहीं पूछते, सारे इंडिया बारे पूछी जाने, पंजाब बारे गल करो ना साडे नाल, अभी पंजाबी बंदे हां, पंजाब बारे मैं दसूं, भगवान करे सारे गलत हो जाएं दोनों, पर रीजनिंग का कोई सही ना हो। नहीं नहीं मेरी मेहनत खराब जाती, बिल्कुल सही जवाब है यार। फिर भी तू ही जीती है यार, एक सवाल तो दे दे, इतनी माड़ी नींद दस। टाइम टाइम की गल विच तुहाडा सारयां दा एक बार फिर तो स्वागत है। भई अज साडे शो च फाइनली आ पहुंची है जी ब्लैक या 2 दी स्टार कास्ट, सो प्लीज वेलकम देव करोड़ एंड आरुषि शर्मा। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਨੇ ਤੁਹਾਡੇ? ਬਹੁਤ ਵਧੀਆ, ਤੁਸੀਂ ਦੱਸੋ। ਮੇਰੇ ਵੱਲੋਂ ਪਹਿਲਾਂ ਤੁਹਾਨੂੰ ਦੋਹਾਂ ਨੂੰ ਆਲ ਦਾ ਬੈਸਟ, ਥੈਂਕ ਯੂ, ਆਲ ਦਾ ਬੈਸਟ, ਥੈਂਕ ਯੂ। ਦੇਖਦੇ ਆ ਕੌਣ ਜਿੱਤਦਾ ਤੇ ਕੌਣ ਬਾਜ਼ੀ ਮਾਰਦਾ। ਚਲੋ ਕਰੀਏ ਫਿਰ ਸ਼ੁਰੂ। ਹਾਂਜੀ ਬਿਲਕੁਲ, ਚਲੋ ਕਰੋ ਸਟਾਰਟ। ਸਭ ਤੋਂ ਪਹਿਲਾਂ ਮੈਂ ਤੁਹਾਨੂੰ ਸ਼ੋਅ ਦਾ ਫਾਰਮੈਟ ਸਮਝਾ ਦਿੰਦੀ ਆ। ਹਾਂਜੀ। ਇਸ ਸ਼ੋਅ ਦੇ ਵਿੱਚ ਤੁਹਾਨੂੰ ਟੋਟਲ 20 ਸਵਾਲ ਪੁੱਛੇ ਜਾਣਗੇ। ਪਹਿਲੇ 8 ਸਵਾਲ 5 ਪੁਆਇੰਟਸ ਲਈ ਹੋਣਗੇ, ਦੂਸਰੇ 8 ਸਵਾਲ 10 ਪੁਆਇੰਟਸ ਲਈ ਹੋਣਗੇ ਤੇ ਅਖੀਰਲੇ 4 ਸਵਾਲ ਹੋਣਗੇ 20 ਪੁਆਇੰਟਸ ਦੇ। ਪੁਆਇੰਟਸ ਆਪ ਹੀ ਕਾਊਂਟ ਕਰੋਗੇ ਨਾ? ਹਾਂਜੀ ਠੀਕ ਹੈ। ਟੀਮ ਬੈਠੀ ਹੈ ਬਸ, ਠੀਕ ਹੈ, ਉਸ ਕੰਮ ਲਈ ਸਪੈਸ਼ਲ ਬੰਦੇ ਰੱਖੇ ਹੋਏ ਨੇ। ਟੀਮ ਪਹਿਲਾਂ ਟੀਮ ਨੂੰ ਮਿਲਾਓ, ਕਿਤੇ ਨੇ ਖਰੀਦਤਾ ਨਹੀਂ ਲਏ ਪਹਿਲੇ? ਨਹੀਂ 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 ਜੀ, ਪ੍ਰੋਫੈਸ਼ਨਲ ਟੀਮ ਹੈ, ਜਲਦੀ ਆਉਣ ਦਾ ਇਹੀ ਫਾਇਦਾ ਹੁੰਦਾ ਹੈ, ਟਾਈਮ 'ਤੇ ਆਇਆ ਕਰੀਏ ਹਰ ਜਗ੍ਹਾ। ਅਤੇ ਹੁਣ ਇਸ ਸ਼ੋਅ ਦੇ ਸਿੰਪਲ ਜੇ ਸਿੱਧੇ ਸਾਧੇ 4 ਰੂਲ। ਓਕੇ। ਪਹਿਲਾ ਰੂਲ ਹੈ ਆਨਸਰ ਦੇਣ ਲਈ ਬਜ਼ਰ ਦੱਬਣਾ ਜ਼ਰੂਰੀ ਹੈ। ਜਿਹੜੇ ਲਾਲ ਮਹਾਰਾਜ ਜੀ ਤੁਹਾਡੇ ਸਾਹਮਣੇ ਵਿਰਾਜਮਾਨ, ਮਤਲਬ ਜੇ ਕੋਈ ਆਨਸਰ ਮੈਨੂੰ ਆ ਗਿਆ ਤਾਂ ਪਹਿਲਾਂ ਮੈਂ ਦੱਬੂਗਾ। ਹਾਂਜੀ, ਜਿਹੜਾ ਪਹਿਲਾਂ ਦੱਬ ਗਿਆ ਉਹ ਆਨਸਰ ਦਊਗਾ। ਜੀ ਹਾਂ। ਓਕੇ। ਸ਼ੋਅ ਦਾ ਦੂਸਰਾ ਰੂਲ ਹੀ ਇਹੀ ਹੈ, ਜਿਹੜਾ ਪਹਿਲਾਂ ਬਜ਼ਰ ਦੱਬੂਗਾ ਪਹਿਲਾਂ ਜਵਾਬ ਦੇਣ ਦਾ ਮੌਕਾ ਵੀ ਉਹਨੂੰ ਦਿੱਤਾ ਜਾਏਗਾ। ਓਕੇ। ਸ਼ੋਅ ਦਾ ਤੀਸਰਾ ਰੂਲ, ਸਿਰਫ 2 ਹੀ ਮੌਕੇ ਦਿੱਤੇ ਜਾਣਗੇ, ਪਹਿਲਾ ਮੌਕਾ ਜੋ ਪਹਿਲਾਂ ਬਜ਼ਰ ਦਬਾਏਗਾ, ਦੂਸਰਾ ਮੌਕਾ ਜੋ ਸੈਕਿੰਡ ਤੇ ਬਜ਼ਰ ਦਬਾਏਗਾ। ਚੌਥਾ ਰੂਲ, ਮੇਰਾ ਸਵਾਲ ਖਤਮ ਹੋਣ ਤੋਂ ਪਹਿਲਾਂ ਜੇ ਕਿਸੇ ਨੇ ਐਕਸਾਈਟਮੈਂਟ ਚਾ ਕੇ ਬਜ਼ਰ ਦੱਬਤਾ ਤਾਂ ਉਹਦੇ ਸਕੋਰ ਕੱਟੇ ਜਾਣਗੇ। ਨਹੀਂ, ਸਕੋਰ ਨਹੀਂ ਕੱਟੇ ਜਾਣਗੇ, ਉਹ ਬੰਦਾ ਉਸ ਸਵਾਲ ਚੋਂ ਆਊਟ ਹੋ ਜਾਊਗਾ ਤੇ ਨਾਲ ਦੀ ਨਾਲ ਜਿਹੜਾ ਚਾਂਸ ਹੈ ਉਹ ਅਗਲੇ ਤੇ ਪਾਸ ਹੋ। ਓਕੇ ਪਰਫੈਕਟ, ਠੀਕ ਹੈ ਜੀ, ਆਲ ਕਲੀਅਰ? ਹਾਂਜੀ, ਸ਼ੁਰੂ ਕਰੀਏ ਗੇਮ ਫਿਰ? ਹਾਂ ਬਿਲਕੁਲ ਬਿਲਕੁਲ, ਆ ਜਾਓ। ਚਲੋ ਜੀ ਗੇਮ ਵੱਲ ਵਧਦੇ ਹਾਂ ਤੇ ਤੁਹਾਡਾ ਪਹਿਲਾ ਰਾਊਂਡ ਹੈ ਨਾਨ ਫਿਲਮੀ ਰਾਊਂਡ। ਅੱਛਾ ਜੀ। ਤੇ ਤੁਹਾਡਾ ਪਹਿਲਾ ਸਵਾਲ ਇਹ ਹੈ, ਸਤਲੁਜ ਤੇ ਬਿਆਸ ਦਰਿਆ ਵਿਚਲੀ ਜ਼ਮੀਨ ਨੂੰ ਕੀ ਕਿਹਾ ਜਾਂਦਾ ਹੈ? ਤੇ ਤੁਹਾਡੇ ਆਪਸ਼ਨਸ ਨੇ ਮਾਝਾ, ਮਾਲਵਾ ਜਾਂ ਦੁਆਬਾ। ਹਾਂਜੀ, ਸਭ ਤੋਂ ਪਹਿਲਾਂ ਤੁਸੀਂ ਬਜ਼ਰ ਦੱਬਿਆ? ਦੁਆਬਾ। ਓ ਨੋ, ਕਿਉਂ, ਕਿਵੇਂ ਕਿਵੇਂ? ਤੁਸੀਂ ਬਿਲਕੁਲ ਸਹੀ ਜਵਾਬ ਦੇ ਗਏ, ਵੈਰੀ ਗੁੱਡ, 5 ਪੁਆਇੰਟਸ ਲੈ ਗਏ ਨੇ, ਕਿਆ ਬਾਤ ਹੈ, ਥੈਂਕ ਯੂ। ਸ਼ਾਨਦਾਰ ਓਪਨਿੰਗ ਹੋ ਚੁੱਕੀ ਹੈ। ਹਾਂ ਬਿਲਕੁਲ, ਮੈਂ ਹੁਣ ਕ੍ਰਿਕਟ 'ਚ ਵੀ ਓਪਨਿੰਗ ਕਰਦਾ ਨਾ, CCL 'ਚ। ਤੇ ਹੁਣ ਚੱਕ ਦੋ ਸਪੀਡਾਂ। ਹਾਂਜੀ, ਅਗਲਾ ਸਵਾਲ ਤੁਹਾਡਾ ਇਹ ਰਿਹਾ, ਇੰਡੀਆ ਦਾ ਉਹ ਕਿਹੜਾ ਬੈਂਕ ਹੈ ਜਿਸ ਦੇ ਸਭ ਤੋਂ ਵੱਧ ਕਸਟਮਰਸ ਨੇ ਤੇ ਸਭ ਤੋਂ ਵੱਧ ਡਿਪੋਜ਼ਿਟ ਵੀ ਹੈ? ਸਭ ਤੋਂ ਪਹਿਲਾਂ ਤੁਸੀਂ ਬਜ਼ਰ ਦੱਬਿਆ ਤੇ ਸਭ ਤੋਂ ਪਹਿਲਾਂ ਜਵਾਬ ਦੇਣ ਦਾ ਮੌਕਾ ਵੀ ਤੁਹਾਨੂੰ ਮਿਲੇਗਾ। ਤੁਹਾਡੇ ਆਪਸ਼ਨਸ ਨੇ HDFC, SBI ਜਾਂ ICICI। SBI। ਸਹੀ ਜਵਾਬ ਹੈ, ਵੈਰੀ ਗੁੱਡ। ਮੈਂ ਵੀ SBI ਮੈਂ ਦੱਬ ਨਹੀਂ ਲੱਗਿਆ, ਦੱਬ ਨਹੀਂ ਖੜੇ ਹੋਏ SBI ਮੈਂ ਯਾਰ, ਲੰਚ ਬ੍ਰੇਕ ਮੈਂ, ਐਸੀ ਕੋਈ ਬਾਤ ਨਹੀਂ, ਹਮੇ ਪਤਾ ਹੈ। ਚਲੋ ਚਲੋ ਚਲੋ, ਉਹਦਾ ਐਕਸਪੀਰੀਅੰਸ ਹਰ ਕੋਈ ਕਰ ਚੁੱਕਾ ਹੈ। ਹਾਂ, ਤੀਸਰਾ ਸਵਾਲ, ਇੰਡੀਆ ਦੇ ਕਿਹੜੇ ਸ਼ਹਿਰ 'ਚ 2023 ਦਾ G20 ਸਮਿਟ ਹੋਇਆ ਸੀ? ਸਭ ਤੋਂ ਪਹਿਲਾਂ ਤੁਸੀਂ ਬਜ਼ਰ ਦੱਬਿਆ ਤੇ ਤੁਹਾਡੇ ਆਪਸ਼ਨਸ ਨੇ ਗੋਆ, ਨਿਊ ਦਿੱਲੀ ਜਾਂ ਕੋਲਕਾਤਾ। ਨਿਊ ਦਿੱਲੀ। ਬਿਲਕੁਲ ਸਹੀ ਜਵਾਬ, ਤੇ ਇਸੇ ਨਾਲ ਹੀ 5 ਪੁਆਇੰਟਸ ਹੋਰ ਜਿੱਤ ਕੇ 10 ਪੁਆਇੰਟ ਲੈ ਚੁੱਕੇ ਨੇ। ਲੈ ਚੁੱਕੇ ਆ। ਤੇ ਤੁਹਾਡਾ ਚੌਥਾ ਸਵਾਲ, ਹਾਂਜੀ, ਕਿਹੜੀ ਕੰਟਰੀ ਨੂੰ ਏਸ਼ੀਆ ਦਾ ਡਾਇਮੰਡ ਕਿਹਾ ਜਾਂਦਾ? ਸਭ ਤੋਂ ਪਹਿਲਾਂ ਤੁਸੀਂ ਬਜ਼ਰ ਦੱਬਿਆ ਤੇ ਤੁਹਾਡੇ ਆਪਸ਼ਨਸ ਨੇ ਚਾਈਨਾ, ਜਾਪਾਨ ਜਾਂ ਇੰਡੀਆ। ਇੰਡੀਆ। ਬਈ ਵੈਰੀ ਗੁੱਡ, ਮਾਨ ਲਈ ਪੰਜਾਬ ਬਾਰੇ ਸਵਾਲ ਕਿਉਂ ਨਹੀਂ ਪੁੱਛਦੇ, ਸਾਰੇ ਇੰਡੀਆ ਬਾਰੇ ਪੁੱਛੀ ਜਾਂਦੇ, ਪੰਜਾਬ ਬਾਰੇ ਗੱਲ ਕਰੋ ਨਾ ਸਾਡੇ ਨਾਲ, ਅਸੀਂ ਪੰਜਾਬੀ ਬੋਲਣਾ ਨਹੀਂ, ਪੰਜਾਬ ਬਾਰੇ ਮੈਂ ਦੱਸੂੰ। ਇਜ਼ ਇਟ ਨਾਟ ਇਨ ਇੰਡੀਆ? ਤੇ ਹੁਣ ਪੰਜਵਾਂ ਸਵਾਲ ਸਕਰੀਨ ਤੇ ਹੋਏਗਾ, ਸਕਰੀਨ ਤੇ ਸਭ ਤੋਂ ਪਹਿਲਾਂ ਤੁਹਾਨੂੰ ਇੱਕ ਕਲਰ ਦਿਖਾਇਆ ਜਾਊਗਾ, ਤੁਸੀਂ ਉਸ ਕਲਰ ਦੇ 5 ਨੈਚੁਰਲ ਆਬਜੈਕਟ ਦੱਸਣੇ ਨੇ ਤੇ ਉਹ ਦੱਸਣ ਲਈ ਸਿਰਫ ਇੱਕ 5 ਦੱਸਣੇ। ਹਾਂਜੀ, 30 ਸੈਕਿੰਡ ਦੇ ਵਿੱਚ ਵਿੱਚ। ਓ, ਇਹ ਤਾਂ ਬਹੁਤ ਆਫ ਹੈ, ਚਲੋ ਫਿਰ ਵੀ ਟਰਾਈ ਕਰਾਂਗੇ। ਹਾਂ, 30 ਸੈਕਿੰਡ ਦੇ ਵਿੱਚ ਵਿੱਚ, ਤੇ ਸਿਰਫ ਜਿਹੜਾ ਸਭ ਤੋਂ ਪਹਿਲਾਂ ਬਜ਼ਰ ਦੱਬੇਗਾ ਉਹੀ ਜਵਾਬ ਦੇ ਸਕਦਾ ਹੈ। ਇਹਦੇ 'ਚ ਦੂਸਰਾ ਮੌਕਾ ਨਹੀਂ ਲੱਗ ਰਿਹਾ, ਪੇਪਰ ਹੋ ਰਿਹਾ ਮੇਰਾ ਬਿਲਕੁਲ, ਇਹ ਬਸ ਉਹੀ ਫੀਲਿੰਗ ਲੱਗ, ਰਿਵਾਰਡ ਵੀ ਮਿਲੂਗਾ ਫਿਰ ਜਿਹੜਾ ਜਿੱਤੂਗਾ। ਓ ਆਈ, ਦੈਟ ਇਜ਼ ਵਾਟ ਆਈ ਲਵ। ਤੇ ਹੁਣ ਉਹ ਕਲਰ ਹੈ, ਇੱਕੋ ਹੀ ਕਲਰ ਆਊਗਾ? ਹਾਂਜੀ, ਸਭ ਤੋਂ ਪਹਿਲਾਂ ਤੁਸੀਂ ਜਿਵੇਂ ਕਿ ਬਜ਼ਰ ਬਨਾਨਾ, ਓਕੇ, ਟ੍ਰੀ,
ट्री लीव्स येलो कलर के होते हैं ट्री लीव्स. सनफ्लावर सन सन येलो थोड़ी ना सन नहीं येलो ही नहीं Oh my God! Oh my! मैं तो बहुत कोशिश करी के ये नू मैं तक तीस सेकंड तक लेकिन फिर मैं दस्ता ये सब तो सरों ने बोले बोलेगी हाँ but sun मैंने flower बोला था फिर मेरे को लगा sunflower बोल देती हूँ फिर बाद में मेरे को fruit लगा कि fruit ही सोचती हूँ और क्या होता है yellow तो पाया हाँ नहीं चलो आज फिल्मी तैयार ते ऐसे तरह ही पांच पॉइंट्स लेके जा चुके ने ते हूँ छेवा सवाल अच्छा और भी है बिल्कुल जी आठ सवाल लेना इस राउंड में आज आज छेवा सवाल स्वच्छ सर्वेखण 2023 दे विच इंडिया दियां 100 सिटीज़ च पंजाब दी केड़ी सिटी शामिल हुई है ये बहुत लेटेस्ट न्यूज़ है ते साडे सारे नूं मान दी गल है सफाई अभियान दे विच हां जी ते तुहाडे ऑप्शनस ने फिरोजपुर मोहाली या होशियारपुर हां जी बोल बजर दा तुक्का लाया तुक्का इने दब दो तुक्का लाया मैं चाहते नहीं थे कि वो पहले चल दब चल दब हां जी क्या बोला फिरोजपुर मोहाली मोहाली ते होर बिल्कुल सही जवाब है यार मोहाली यार मैं दबे ये ने टी टी कराई नहीं एक ही रह गया वो भी मैं ही जीत हां तू दो अच्छा हां जी ते हुन सातवां सवाल एना चो केड़े मुहावरे दा मतलब है हंकारी होना ते तोड़े ऑप्शंस ने तीन मुहावरे बोलूंगी मैं आंख खुलना सिक्का जमना या आसमान नाल गल्ला करना हां जी सिक्का जमना गलत जवाब अच्छा हां जी जिते खुश हो See, when you lose, आप यही कहते हो उसमें भी अच्छा बनना है कि इसको मैं जिता रहा हूँ एक्सेप्ट नहीं करना हमने क्रेडिट ले रहे ने मतलब थोड़ी जितना कोई बात नहीं कोई ना अगे अगे देखो गिफ्ट मुझे ही मिलेगा आई एम ओके विद दैट तो हुन आठवां ते इस राउंड दा लास्ट सवाल फिर तो स्क्रीन ते होएगा स्क्रीन ते तुहानूं एक डिश दिखाई जाऊगी ते उस डिश ते तुसीं पंज इंग्रेडिएंट दसने ने सेम रूल ने वो भी यही जितूगी मैनूं लगदा 30 सेकंड दे विच ते एक को ही जाना जवाब दे सकदा चलो ठीक है जी ते मैं टाइमर रेडी कर ला ते ओ डिश है हां जी सब तो पहला मेरा ही हो गया मैंने तो ਤੁਹਾਡਾ 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 एक स्प्रिंग रोल ਦੇ ਵਿੱਚ ਸਭ ਤੋਂ ਪਹਿਲਾਂ ਪੈਣਾ ਹੈ ਇਹਦੇ ਵਿੱਚ ਪੋਟੈਟੋ ਅਰੇ हां जी ठीक है पोटैटो नहीं होते स्प्रिंग पोटैटो होते हैं स्प्रिंग रोल में कौन बोलता है नूडल्स नूडल्स फिर उसके बाद अनियन उस तो बाद फिर रोटी उपर चाहिए डबल रोटी जो भी है जो बेसन का जो भी होंगे उत्ते वो होंगे तो टमैटो भी पैंता है सॉस भी पैंती है काले छोले भी पैंते हैं येलो कुछ चीज भी पैंता चीज भी पैंता मैं आठ दस दस जरूरी नहीं है जरूरी नहीं है चीजा पैन जी दस रहे हो चीज प्याज टमाटो सारा कोई ना कर लिया एक सवाल तो दे दे इतनी माड़ी नींद है उसे हैं आई एम वेरी कंपेटिटिव हां अगर ये जाके मुकाबला हो टफ हो जाना हां कोई ना जी वो जेड़ा गिफ्ट हैम्पर है मेरे वालों इधर दे दे वो मैं ले लूंगी एनीवे आप भी जीतोगे तो मैं आप जीत के लाऊं फिल्मी आउंदे फिर देखो हां ले फिल्मी राउंड में मैं यू आर गोइंग टू विन फिल्मी राउंड बाकी है हले तो हुन नॉन फिल्मी राउंड दे जेड़े पॉइंट्स ने ओ जो इस तरह ने देव जी ਤੁਹਾਨੂੰ ਮਿਲਦੇ ਨੇ 10 ਪੁਆਇੰਟਸ ਹਾਂ ਬਹੁਤ ਹੈ ਜੀ ਸਾਡੇ ਲਈ ਤੇ ਅਰੁਸ਼ੀ ਤੁਸੀਂ ਉਹ 30 ਪੁਆਇੰਟਸ ਤੇ ਡਿਲੀਟ ਕਰ ਰਹੇ ਹੋ ਤੇ ਹੁਣ ਵਧਦੇ ਆ ਅਗਲੇ ਰਾਉਂਡ ਵੱਲ ਜਿਹਦਾ ਨਾਮ ਹੈ ਬੋਨਸ ਰਾਉਂਡ ਤੇ ਬੇਸਿਕਲੀ ਇਹ ਟਾਸਕ ਹੈ
ਇਹ ਟਾਸਕ ਕੰਪਲੀਟ ਕਰਨ ਲਈ ਤੁਹਾਨੂੰ 30 ਸੈਕਿੰਡ ਦਾ ਟਾਈਮ ਮਿਲੇਗਾ ਤੇ ਜਿਹੜਾ ਵੀ ਸਭ ਤੋਂ ਪਹਿਲਾਂ ਇਹ ਟਾਸਕ ਕੰਪਲੀਟ ਕਰੇਗਾ ਤਾਂ ਤੁਹਾਨੂੰ ਪਤਾ ਕਿੰਨੇ ਪੁਆਇੰਟਸ ਮਿਲਣਗੇ ਸਿੱਧਾ 30 ਓਕੇ ਇਹਦੇ 'ਚ ਤੁਸੀਂ ਕਿਸੇ ਨੂੰ ਵੀ ਕਾਲ ਹਾਲੇ ਕੋਈ ਕਾਲ ਨਹੀਂ ਲਾਉਣੀ ਤੁਸੀਂ ਨਹੀਂ ਨਹੀਂ ਮੈਂ ਸੋਚ ਰਹੀ ਹਾਂ ਇਹਦੇ 'ਚ ਤੁਸੀਂ ਕਿਸੇ ਨੂੰ ਵੀ ਕਾਲ ਕਰਕੇ ਉਹਨਾਂ ਦੇ ਮੂੰਹੋਂ ਟਾਈਮ ਟਾਈਮ ਦੀ ਗੱਲ ਬੁਲਵਾਉਣਾ ਹੈ ਜਿਹੜਾ ਸਭ ਤੋਂ ਪਹਿਲਾਂ ਬੁਲਵਾ ਗਿਆ ਉਹੀ 30 ਪੁਆਇੰਟਸ ਪਾ ਗਿਆ ਤੇ ਤੁਹਾਡਾ ਟਾਈਮ ਸ਼ੁਰੂ ਹੁੰਦਾ ਹੈ ਨਾਓ ਮਤਲਬ ਉਹਨੂੰ ਕਹਿ ਦੀ ਵੀ ਟਾਈਮ ਟਾਈਮ ਦੀ ਗੱਲ ਬੋਲ ਹਾਂਜੀ 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 ਸਿੱਧਾ ਕਹਿ ਸਕਦੇ ਵੀ ਟਾਈਮ ਟਾਈਮ ਦੀ ਗੱਲ ਬੋਲ ਉਹ ਬੋਲੂਗਾ ਬੰਦਾ ਸਪੀਕਰ ਤੇ ਓਨਲੀ ਵੈਨ ਆਈ ਵਾਂਟ ਟੂ ਕਾਲ ਯਾਰ ਮੇਰੀ ਕਾਲ ਹੀ ਨਹੀਂ ਜਾ ਰਹੀ ਮੈਂ ਕੀ ਕਰਾਂ ਹੁਣ ਨੈਟਵਰਕ ਹੀ ਨਹੀਂ ਹੈ ਯਹਾਂ ਪੇ ਇਤਨਾ ਵਕਤ ਐਸੇ ਬੰਦਾ ਹੋਣਾ ਨਹੀਂ ਹੈਰੀ ਬੋਲ ਟਾਈਮ ਟਾਈਮ ਦੀ ਗੱਲ बोलना नहीं यार अगर बोला तो टाइम टाइम की गल अगर बोला तो केस हो जाएगा टाइम टाइम की गल बंदे ने नेटवर्क ही नहीं है की करी नॉट नॉट माय प्रॉब्लम ते ओना दा लाग गया फोन मेरे दे नाल ही मैंने मम्मी को कॉल किया नहीं लगा नहीं फिर और व्हाट्सएप कॉल किया मैंने ऐसे दे नाल के साथ आई एम ऑन 60 पॉइंट्स 30 पॉइंट्स और लेके जा चुके ने वेरी गुड ते हुण वारी है जी साडे अगले राउंड दी जिहदा नाम है बॉलीवुड क्विज़ ਇਹਦੇ 'ਚ ਵੀ ਤੁਹਾਨੂੰ 8 ਸਵਾਲ ਪੁੱਛੇ ਜਾਣਗੇ ਪਰ ਇਹਦੇ 'ਚ ਜਿਹੜੇ ਪੁਆਇੰਟਸ ਆ ਉਹ 5 ਤੋਂ ਵੱਧ ਕੇ 10 ਹੋ ਜਾਣਗੇ ਓ ਹਰ ਸਹੀ ਜਵਾਬ ਤੇ ਤੁਹਾਨੂੰ 10 ਪੁਆਇੰਟਸ ਮਿਲਣਗੇ ਚਲੋ ਠੀਕ ਹੈ ਜੀ ਤੇ ਤੁਹਾਡਾ ਪਹਿਲਾ ਸਵਾਲ ਇਹ ਰਿਹਾ ਐਮੀ ਵਿਰਕ ਦੀ ਐਜ਼ ਅ ਲੀਡ ਐਕਟਰ ਡੈਬਿਊ ਮੂਵੀ ਕਿਹੜੀ ਹੈ ਅੰਗਰੇਜ਼ ਅਰਦਾਸ ਜਾਂ ਬੰਬੂਕਾਰ ਹਾਂਜੀ ਅੰਗਰੇਜ਼ ਗਲਤ ਜਵਾਬ ਅਰਦਾਸ ਨਹੀਂ ਨਹੀਂ ਦੁਬਾਰਾ ਨਹੀਂ ਬੋਲ ਸਕਦੇ ਤੁਸੀਂ ਹਾਂਜੀ ਅਰਦਾਸ ਇਹ ਵੀ ਗਲਤ ਜਵਾਬ ਬੰਬੂਕਾਰ ਸਹੀ ਜਵਾਬ ਸੀ ਬੰਬੂਕਾਰ ਵਾਜ਼ਨਟ ਇਟ ਰਿਲੀਜ਼ਡ ਲੇਟਰ ਔਨ ਨਹੀਂ ਯਾਰ ਅੰਗਰੇਜ਼ ਉਸ ਬੰਦੇ ਨੇ ਡੈਬਿਊ ਕੀਤਾ ਸੀਗਾ ਐਜ਼ ਅ ਲੀਡ ਮੈਂ ਤਾਂ ਇਹਨੂੰ ਸਪੈਸ਼ਲ ਮੈਂਸ਼ਨ ਕੀਤਾ ਐਜ਼ ਅ ਲੀਡ ਐਜ਼ ਅ ਲੀਡ ਧਿਆਨ ਦਿਆ ਓਕੇ ਲੀਡ ਹਾਂਜੀ ਐਜ਼ ਅ ਲੀਡ ਡੈਬਿਊ ਮੂਵੀ ਹਾਂ ਡੈਬਿਊ ਕਿਉਂਕਿ ਅੰਗਰੇਜ਼ ਚੋਂ ਨਾ ਪਰ ਮੈਂ ਡੈਬਿਊ ਤੇ ਜ਼ਿਆਦਾ ਕਨਸੈਂਟਰੇਟ ਕਰ ਗਿਆ ਕਿਉਂਕਿ ਡੈਬਿਊ ਮੂਵੀ ਅੰਗਰੇਜ਼ ਸੀਗੀ ਐਮੀ ਦੀ ਹਾਂ ਬਟ ਉਹ ਤਾਂ ਫਿਰ ਮੈਨੂੰ 5 ਦਾ 2 ਵਿੱਚੋਂ ਨਹੀਂ ਡੈਬਿਊ ਤਾਂ ਸਹੀ ਹੈ ਨਾ ਨਹੀਂ ਕੋਈ ਚੀਟਿੰਗ ਨਹੀਂ ਹੈ ਡੈਬਿਊ ਤਾਂ ਉਹ ਹੁੰਦਾ ਜਿਹੜਾ ਬੰਦਾ ਫਸਟ ਟਾਈਮ ਕਿਸੇ ਮੂਵੀ ਦੇ ਵਿੱਚ ਆਇਆ ਤਾਂ ਡੈਬਿਊ ਹੈ ਉਹਨਾਂ ਨੇ ਬੋਲਿਆ ਡੈਬਿਊ ਲੀਡ ਹਾਂਜੀ ਤਾਂ ਮੈਂ ਸਪੈਸ਼ਲ ਮੈਂਸ਼ਨ ਕੀਤਾ ਚਲ ਸਵਾਲ ਕੈਨਸਲ ਹੋ ਗਿਆ ਹੈ ਹਾਂਜੀ ਇਹਦੇ ਪੁਆਇੰਟਸ ਕਿਸੇ ਨੂੰ ਵੀ ਨਹੀਂ ਮਿਲਣਗੇ ਜੰਪ ਕਰਦੇ ਹਾਂ ਅਗਲੇ ਸਵਾਲ ਤੇ ਭਗਵਾਨ ਕਰੇ ਸਾਰੇ ਗਲਤ ਹੋ ਜਾਣ ਦੋਨੋਂ ਕਿ ਪਰ ਰੀਜ਼ਨਿੰਗ ਦਾ ਕੋਈ ਸਹੀ ਨਾ ਨਹੀਂ ਮੇਰੀ ਮਿਹਨਤ ਖਰਾਬ ਜਾਊਗੀ ਚਲੋ ਅਗਲਾ ਸਵਾਲ ਪੰਜਾਬੀ ਮੂਵੀ ਮੋਹ ਦੇ ਵਿੱਚ ਸਰਗੁਣ ਮਹਿਤਾ ਦੇ ਆਪੋਜ਼ਿਟ ਮੇਨ ਲੀਡ ਕੌਣ ਸੀ ਤੁਸੀਂ ਆਊਟ ਹੋ ਤੁਸੀਂ ਪਹਿਲਾਂ ਬਜ਼ਰ ਦੱਬਤਾ ਚਲ ਮੇਨ ਲੀਡ ਤੇ ਸੀਗੀ ਮੈਂ ਤੇ ਤੁਸੀਂ ਪਹਿਲਾਂ ਬਜ਼ਰ ਦੱਬਤਾ ਤੁਹਾਨੂੰ ਜਵਾਬ ਦੇਣ ਦਾ ਮੌਕਾ ਮਿਲੇਗਾ ਗੁਰਨਾਮ ਭੁੱਲਾ ਤੁਸੀਂ ਆਪਸ਼ਨਸ ਹੀ ਵੇਟ ਕਰ ਸਕਦੇ ਹੋ ਹਾਂ ਚਲੋ ਦੋ ਹਾਂਜੀ ਕਦੇ ਵੀ ਨਹੀਂ ਕਰਦੇ ਅਮਰਿੰਦਰ ਗਿੱਲ ਅਜੇ ਸਰਕਾਰੀਆ ਜਾਂ ਗੀਤਾਜ ਬਿੰਦ ਰੱਖਿਆ ਗੀਤਾਜ ਬਿੰਦ ਰੱਖਿਆ ਕਿਹੜੇ ਕਿਹੜੇ ਨਾਮ ਸਹੀ ਜਾ ਆਪਸ਼ਨ ਨਾ ਬਚਾ ਲਿਆ ਇਹ ਚੀਟਿੰਗ ਹੋ ਰਹੀ ਹੈ ਮੈਂ ਨਹੀਂ ਕਿਹਾ ਮੈਂ ਤੁਹਾਨੂੰ ਕਿਹਾ ਵੀ ਆਪਸ਼ਨਸ ਹੀ ਵੇਟ ਕਰ ਲਓ ਕਿਉਂ ਕਰ ਰਹੇ ਹੋ ਆਪ ਉਹ ਇੰਨੀ ਕਾਲੀ ਕਿਉਂ ਕਰਦੀ ਨਹੀਂ ਪਰ ਹੀ ਆਨਸਰਡ ਆਲਰੇਡੀ सवाल एना केड़ा सॉन्ग अमृत मान ते निमरत खेरा दा ड्यूट सॉन्ग है ते तोड़े ऑप्शंस ने सवाल रिपीट ता ना करा तोड़े ऑप्शंस ने वट वे सिरा ही हो या गुलाबी रंग हाँ जी ਸਭ ਤੋਂ ਪਹਿਲਾਂ ਤੁਸੀਂ ਸਿਰਾ ਹੀ ਹੋ ਬਿਲਕੁਲ ਸਿਰਾ ਹੈ ਤੇ 10 ਪੁਆਇੰਟਸ ਲੈ ਕੇ ਜਾ ਚੁੱਕੇ ਨੇ ਹੋਰ ਚੌਥਾ ਸਵਾਲ ਜਿਨ੍ਹਾਂ ਨੂੰ ਆਪਣੇ ਮੁਲਕ 'ਚ ਕੋਈ ਸਾਈਕਲ ਉਧਾਰ ਨਹੀਂ ਦਿੰਦਾ ਉਹ ਯੂਕੇ ਦਾ ਵੀਜ਼ਾ ਲੈ ਕੇ ਆ ਜਾਂਦੇ ਨੇ ਇਹ ਡਾਇਲੋਗ ਕਿਹੜੀ ਮੂਵੀ ਦਾ ਹੈ ਸਭ ਤੋਂ ਪਹਿਲਾਂ ਤੁਸੀਂ ਜਿਵੇਂ ਕਿ ਬਜ਼ਰ ਦੱਬਿਆ ਤੇ ਤੁਹਾਡੇ ਆਪਸ਼ਨਸ ਨੇ ਆ ਗਏ ਮੁੰਡੇ ਯੂਕੇ ਦੇ ਕੈਰੀ ਔਨ ਜੱਟਾ 3 ਜਾਂ ਚੱਲ ਮੇਰਾ ਪੁੱਤ 2 ਚੱਲ ਮੇਰਾ ਪੁੱਤ 2 ਬਿਲਕੁਲ ਸਹੀ ਜਵਾਬ 10 ਪੁਆਇੰਟਸ ਹੋਰ ਲੈ ਕੇ ਜਾ ਚੁੱਕੇ ਨੇ ਕੋਈ ਬਾਤ ਨਹੀਂ ਤੁਸੀਂ ਬਜ਼ਰ ਵੀ ਨਹੀਂ ਦੱਬਿਆ ਸੀਗਾ ਤੇ ਹੁਣ ਅਗਲਾ ਸਵਾਲ ਯਾਨੀ ਕਿ ਪੰਜਵਾਂ ਸਵਾਲ ਫਿਰ ਤੋਂ ਸਕਰੀਨ ਤੇ ਹੋਏਗਾ ਸਕਰੀਨ ਤੇ ਤੁਹਾਨੂੰ ਇੱਕ ਅਲਫਾਬੈਟ ਦਿਖਾਇਆ ਜਾਏਗਾ ਤੁਸੀਂ ਉਸ ਅਲਫਾਬੈਟ ਤੋਂ ਸ਼ੁਰੂ ਹੋਣ ਵਾਲੀਆਂ 5 ਪੰਜਾਬੀ ਫਿਲਮਾਂ ਦੇ ਨਾਂ ਦੱਸਣਾ ਹਾਂ ਆਉਣ ਦੋ ਪਲੀਜ਼ ਕੋਨੇ ਡੋ ਠੀਕ ਹੈ ਜੀ ਤੇ ਸੇਮ ਰੂਲਸ ਨੇ 30 ਸੈਕਿੰਡ ਦਾ ਟਾਈਮ ਮਿਲੂਗਾ ਸਿਰਫ ਇੱਕ ਹੀ ਜਣਾ ਜਵਾਬ ਦੇ ਸਕਦਾ ਹੈ ਤੇ ਉਹ ਅਲਫਾਬੈਟ ਹੈ ਹਾਂਜੀ ਸਭ ਤੋਂ ਪਹਿਲਾਂ ਤੁਸੀਂ ਬਸ ਦੱਬਿਆ ਦੀ ਆਵਾਜ਼ ਨਹੀਂ ਅੰਗਰੇਜ਼ ਹਾਂਜੀ अंग्रेज होगी ऑप्शन से भी आके हटी अंग्रेज क्यों दिमाग ही कम कर रहे मैं यार है ये तीन चार फिल्म यार पुणे भी आई है कितनी सारी
उसके बाद खाली अरदास भी फिल्म मैनू वधिया लगदी है मैं अरदास बारे भी बोल सकदा दिमाग च नहीं आया हूं दिमाग च नहीं आया सीरियसली टू लेट या बताइयो कह रही है इथे नहीं है मैनू आई लग रहा है नहीं मैं थी नहीं मुझे ऐसा क्यों लग रहा है कि आप चाहते हो कि वही सारे आंसर दे और मैं ना दूं ओ तू जित रही है और सिंपैथी उन्हां दी मेरे नाल है रिलीज नहीं हुई पर चौपाल ओटीटी प्लेटफॉर्म ते है ठीक है जी ਤੁਸੀਂ ਦੱਬਿਆ ਸੀ ਕਿ ਬਜ਼ਰ ਨਹੀਂ ਇਹਨਾਂ ਨੇ ਦੱਬਿਆ ਠੀਕ ਹੈ ਤੁਸੀਂ ਜਿਵੇਂ ਕਿ ਬਜ਼ਰ ਦੱਬਿਆ ਤੇ ਤੁਹਾਡੇ ਆਪਸ਼ਨਸ ਨੇ ਤੂਫੰਗ ਹਵਾ ਜਾਂ ਮਸਤਾਨੇ ਮੈਨੂੰ ਮੇਰੇ ਕੋਲ ਹੈਗਾ ਜਵਾਬ ਹਵਾ ਹਵਾ ਰਾਈਟ ਆਨਸਰ ਸੰਦੀਪ ਸਰ ਗੋਲੀ ਮਾਰ ਦੇਗੇ ਹਮੇ ਨਹੀਂ ਪਤਾ ਹੋਗਾ ਬਿਲਕੁਲ ਸਹੀ ਜਵਾਬ ਹੈ ਵੈਰੀ ਗੁੱਡ 10 ਪੁਆਇੰਟਸ ਲੈ ਚੁੱਕੇ ਨੇ ਮਸਤਾਨੇ ਵੀ ਤੂਫੰਗ ਵੀ ਥੀਏਟਰ ਚ ਹੁੰਦੇ ਨੇ ਮੈਂ ਆਪਣੇ ਦਿਮਾਗ ਵਿੱਚ ਇੱਕ ਵਾਰ ਉਹ कर रही थी दोबारा से एनालाइज कि हाँ। सही है ना ही मेरा आंसर हां नहीं बिल्कुल सही है लेगे 10 पॉइंट्स क्या बात है ते हुण सातवां सवाल एना चो केड़ी फिल्म दे विच अमरिंदर गिल दे करैक्टर दा नाम प्रगट सी सब तो पहला तुसी बजर दबया ते तुसी ही बजर दबया तुहाडे ऑप्शंस ने अंग्रेज लव पंजाब या लाहौरिए लव पंजाब चलो उनकी कह सकते हैं बिल्कुल सही जवाब है वेरी गुड 10 पॉइंट्स नेक्स्ट के लिए यस मुझे आंसर नहीं पता था पर अगर ये गलत जवाब देता तो मैं बाकी दोनों में से गेस मार लेती ट्राई कर थोड़ा डिफरेंस घटा रहे ना मैं साडा जेड़ा हार हुंदा नहीं मैं आप हार जाता कितना अभी कैन वी रिवाइज द स्कोर नहीं ये तो बात ये लास्ट सवाल है हुन चलो इस राउंड का ओके जित तू ही गई है ट्रॉफी तेनू मिलनी है हले तो लास्ट वाली जैकपॉट राउंड वाले सवाल पए ने अच्छा पए ने ओके ओके आउन दो ਤੇ ਹੁਣ ਇਸ ਰਾਊਂਡ ਦਾ ਲਾਸਟ ਸਵਾਲ ਫਿਰ ਤੋਂ ਸਕਰੀਨ ਤੇ ਹੋਏਗਾ ਸਕਰੀਨ ਤੇ ਤੁਹਾਨੂੰ ਇੱਕ ਆਰਟਿਸਟ ਦੀ ਫੋਟੋ ਦਿਖਾਈ ਜਾਊਗੀ ਤੁਸੀਂ ਉਸ ਆਰਟਿਸਟ ਦੀਆਂ 5 ਮੂਵੀਜ਼ ਦੇ ਨਾਮ ਦੱਸਣੇ ਨੇ ਇਹ 5 ਕੇ ਸਾਥ ਕੀ ਹੈ ਹਮਾਰਾ 30 ਸੈਕਿੰਡ ਵਿੱਚ ਕਰਦੇ ਹਾਂ 30 ਕਰ ਲੈਂਦੇ ਹਾਂ 30 ਸੈਕਿੰਡ ਦੇ ਵਿੱਚ 5 ਨਾਮ ਆਸਾਨੀ ਨਾਲ ਦੇ ਸਕਦੇ ਕੀ ਬਤਾਣਾ ਹੈ ਸੋਰੀ ਰਿਪੀਟ ਦ ਕੁਐਸਚਨ ਸਕਰੀਨ ਤੇ ਤੁਹਾਨੂੰ ਇੱਕ ਆਰਟਿਸਟ ਦੀ ਫੋਟੋ ਦਿਖਾਈ ਜਾਊਗੀ ਤੁਸੀਂ ਉਸ ਆਰਟਿਸਟ ਦੀਆਂ 5 ਮੂਵੀਜ਼ ਦੇ ਨਾਮ ਦੱਸਣੇ ਆ 30 ਸੈਕਿੰਡ ਦੇ ਵਿੱਚ ਠੀਕ ਹੈ ਜੀ ਰੈਡੀ ਹੋ ਤੇ ਉਹ ਆਰਟਿਸਟ ਨੇ ਦੇਵ ਜੀ ਤੁਸੀਂ ਸਭ ਤੋਂ ਪਹਿਲਾਂ ਬਜ਼ਰ ਦੱਬਿਆ ਕੋਈ ਨਾ ਛੱਡ ਦੋ ਇਹਨੂੰ ਦੱਬੋ ਹੀ ਰਹਿ ਗਿਆ ਹਾਂਜੀ ਹਾਂਜੀ ਇੱਕ ਤਾਂ ਹੁਣੇ ਆਈ ਸੀਗੀ ਇਹਨਾਂ ਦੀ ਨੀਰੂ ਬਾਜਵਾ ਜੀ ਦੇ ਨਾਲ ਲੇਡੀਜ਼ ਦੀ ਫਿਲਮ ਹਾਂਜੀ ਇੱਕ ਆਟੇ ਦੀ ਚਿੜੀ ਆਈ ਸੀ ਇਹਨਾਂ ਦੀ ਇਹ ਨਹੀਂ ਨਾਮ ਦੱਸ ਲੈ ਨਾ ਆਟੇ ਦੀ ਚਿੜੀ ਹਾਂਜੀ ਮੈਂ ਬਤਾ ਹਾਂਜੀ ਆਟੇ ਦੀ ਚਿੜੀ ਇਹ ਮੇਰੇ ਨਾਲ ਸੀਗੇ ਦੁੱਲਾ ਪੱਟੀ ਦੇ ਵਿੱਚ ਹਾਂਜੀ ਤੇ ਉਸ ਤੋਂ ਬਾਅਦ ਅਰਦਾਸ ਹਾਂਜੀ ਤੇ ਉਸ ਤੋਂ ਬਾਅਦ ਇਹਨਾਂ ਦੀ ਬਹੁਤ ਸਾਰੀਆਂ ਫਿਲਮਾਂ ਨੇ ਤੇ ਉਹਦੇ ਵਿੱਚ ਅੰਗਰੇਜ਼ ਤੇ ਉਸ ਤੋਂ ਬਾਦ ਲੌਂਗ ਦਾ ਲਸ਼ਕਾਰਾ ਕਿੰਨੀ ਹੋ ਗਈ 5 ਸ਼ੀ ਵਾਸ ਨਾਟ ਇਨ ਅਰਦਾਸ ਲੌਂਗ ਦਾ ਲਸ਼ਕਾਰਾ ਅਰਦਾਸ ਮੈਂ ਤਾਂ ਸੀ ਨਹੀਂ ਸੀਗੇ ਉਹ ਨਹੀਂ ਸੀ ਅਰਦਾਸ ਨਹੀਂ ਸੀ ਅਰਦਾਸ ਮੈਂ ਅਰਦਾਸ ਨਹੀਂ ਸੀ ਗੈਟ ਚੈੱਕਡ ਅਰਦਾਸ ਚ ਨਹੀਂ ਸੀਗੇ ਤਾਂ ਫਿਰ ਉਡਾੜਾ ਚ ਹੈਗੇ ਸੀ ਅਨੇਕ ਬਟਾਈ ਤੁਸੀਂ ਨਹੀਂ ਚੇਂਜ ਕਰ ਸਕਦੇ ਓਕੇ ਓਕੇ ਚਲੋ ਤੁਸੀਂ 4 ਆਪਸ਼ਨ ਦੱਸੇ ਤੇ ਇੱਕ ਦੱਸ ਦੇ ਤੂੰ ਲੈ ਜਾ ਨਹੀਂ ਪੁਆਇੰਟਸ ਨਹੀਂ ਮਿਲਣਗੇ ਸਿਰਫ ਇੱਕ ਹੀ ਜਣੇ ਨੂੰ ਚਾਂਸ ਮਿਲਦਾ ਨਾ ਇਹ ਵਾਲੇ ਸਕਰੀਨ ਵਾਲੇ ਸਵਾਲਾਂ ਚ ਤੇ ਹੁਣ ਪੁਆਇੰਟਸ ਦੱਸਾਂ ਮੈਂ ਤੁਹਾਨੂੰ ਦੱਸ ਹੀ ਦਿੰਨੀ ਆ ਤੇ ਇਸ ਰਾਊਂਡ ਤੋਂ ਬਾਅਦ ਜਿਹੜੇ ਪੁਆਇੰਟਸ ਨੇ ਕੁਝ ਇਸ ਤਰ੍ਹਾਂ ਨੇ ਆਰੁਸ਼ੀ ਜੀ ਤੁਸੀਂ ਲੀਡ ਕਰ ਰਹੇ ਹੋ ਤੇ ਤੁਹਾਡੇ ਪੁਆਇੰਟਸ ਨੇ 80 80 40 ਹਾਂਜੀ ਤੇ ਦੇਵ ਜੀ ਤੁਹਾਡੇ ਪੁਆਇੰਟਸ ਮੈਂ ਕਹਿੰਦਾ ਮੇਰੇ 40 ਯਾ ਪਰ ਆ ਜਿਹੜਾ ਹੁਣ ਲਾਸਟ ਰਾਊਂਡ ਹੈ ਜੈਕਪੋਟ ਰਾਊਂਡ ਇਹ ਤੋਂ ਬਾਅਦ ਸਭ ਉਲਟ ਫੇਰ ਹੋ ਸਕਦਾ ਬਿਲਕੁਲ ਇਹਦੇ ਚ ਚਾਰ ਸਵਾਲ ਨੇ ਚਾਰੇ ਦੇ ਚਾਰੇ ਸਵਾਲ ਸਕਰੀਨ ਤੇ ਨੇ ਹਾਂ ਹਾਂ ਤੇ ਹਰ ਸਹੀ ਜਵਾਬ ਤੇ ਤੁਹਾਨੂੰ 20 ਪੁਆਇੰਟਸ ਮਿਲਣਗੇ ਬਸ ਬਸ ਔਰ ਅਗਰ ਉਹਨਾਂ ਨੇ ਗਲਤ ਦਿਆ ਤਾਂ ਮੈਂ ਨਹੀਂ ਦੇ ਸਕਦੀ ਉਹ ਜਵਾਬ ਫਿਰ ਨਹੀਂ ਤਿੰਨ ਸਵਾਲਾਂ ਦੇ ਜਵਾਬ ਮੈਂ ਦੇਣੇ ਸਿਰਫ ਤਿੰਨ ਦੇ ਤੇ ਉੱਥੇ ਅਨਾਉਂਸ ਹੋਊਗਾ ਐਂਡ ਵਿਨਰ ਇਜ਼ ਦੇਵ ਕਰਾੜ ਹਾਂ ਤੇ ਇਹਦੇ ਵਿੱਚ ਕੋਈ ਵੀ ਆਪਸ਼ਨ ਨਹੀਂ ਹੋਣਗੇ ਤੇ ਸਿਰਫ ਇੱਕ ਹੀ ਜਣਾ ਜਵਾਬ ਦੇ ਸਕਦਾ ਚਲੋ ਤੇ ਬਟ ਇਹ ਪੁੱਛਿਆ ਕਿਸ ਚੀਜ਼ ਦੇ ਰਿਗਾਰਡਿੰਗ ਜਾਊਗਾ ਕੀ ਇਹਦਾ ਸਾਰਾ ਫਿਲਮੀ ਹੈ
ਫਿਲਮੀ ਹੈ ਹਾਂਜੀ ਓਕੇ ਆਉਣ ਦੋ ਤੇ 30 ਸੈਕਿੰਡਸ ਦਾ ਟਾਈਮ ਮਿਲੂਗਾ ਹਰ ਜਵਾਬ ਲਈ ਠੀਕ ਹੈ ਜੀ ਸਭ ਤੋਂ ਪਹਿਲਾਂ ਤੁਹਾਨੂੰ ਇੱਕ ਆਰਟਿਸਟ ਦੀ ਆਵਾਜ਼ ਸੁਣਾਈ ਜਾਏਗੀ ਤੁਸੀਂ ਗੈਸ ਕਰਨਾ ਹੈ ਕਿ ਉਹ ਕਿੰਨਾ ਦੀ ਆਵਾਜ਼ ਹੈ ਓਕੇ ਠੀਕ ਹੈ ਜੀ ਤੇ ਉਹ ਆਵਾਜ਼ ਹੈ ਅਮਰਿੰਦਰ ਭਾਜੀ ਨੇ ਬਿਲਕੁਲ ਹੀ ਮਤਲਬ ਸਾਰੀ ਚੀਜ਼ਾਂ ਤੋਂ ਇੰਨੇ ਅਵੇ ਰਹਿੰਦੇ ਆ ਕਿ ਜਦੋਂ ਉਹਨਾਂ ਨੂੰ ਆ ਵੀ ਤੇ ਸਿਧਨਾ ਜੀ ਸਹੀ ਜਵਾਬ ਦੇ ਕੇ 20 ਪੁਆਇੰਟਸ ਸਿੱਧਾ ਲੈ ਕੇ ਜਾ ਚੁੱਕੇ ਨੇ ਟਾਈਮਰ ਵੀ ਨਹੀਂ ਸ਼ੁਰੂ ਹੋਰ ਦਿੱਤਾ ਇਹਨਾਂ ਨੇ ਵੈਰੀ ਗੁੱਡ ਤੇ ਅਗਲਾ ਅਗਲਾ ਤੁਹਾਨੂੰ ਸਕਰੀਨ ਤੇ ਇੱਕ ਗਾਣੇ ਦਾ ਸਕਰੀਨਸ਼ਾਟ ਦਿਖਾਇਆ ਜਾਏਗਾ ਤੁਸੀਂ ਉਹ ਗੈਸ ਕਰਨਾ ਕਿ ਗਾਣਾ ਕਿਹੜਾ ਹੈ ਚਲ ਠੀਕ ਹੈ ਜੀ ਤੇ ਉਹ ਸਕਰੀਨਸ਼ਾਟ ਹੈ ਹਾਂਜੀ ਸਭ ਤੋਂ ਪਹਿਲਾਂ ਤੁਸੀਂ ਬਸ ਗੱਲ ਨਹੀਂ ਕੱਢਣੀ ਬਿਲਕੁਲ ਸਹੀ ਜਵਾਬ ਤੇ 20 ਪੁਆਇੰਟਸ ਹੋਰ ਲੈ ਕੇ ਜਾ ਚੁੱਕੇ ਨੇ ਅਬ 40 ਆਪ ਲੈ ਲਓ ਤੇ ਹੁਣ ਇਸ ਤੋਂ ਬਾਅਦ ਇਹ ਵੀ ਲੈ ਲਓ ਜਵਾਬ ਹੁਣ ਨਹੀਂ ਉਹ 14 ਨੂੰ ਦੇ ਦੋ ਪਹਿਲਾਂ ਨਹੀਂ ਮਿਸ਼ਨ ਪਾਲਾ ਜ਼ੋਰ ਪਾਉਣੇ ਨਹੀਂ ਦਿਮਾਗ 'ਚ ਆਪਾਂ ਕਹਿ ਦੇਣਾ ਇੱਧਰ ਜੇ ਮੈਨੂੰ ਆਉਂਦਾ ਵੀ ਇੱਧਰ ਦੋ ਰਹਿ ਗਏ 40 ਪੁਆਇੰਟਸ ਰਹਿ ਗਏ ਇਨਕੇ ਪਾਸ 40 ਤੇ ਆਪ ਇਨਕੋ ਦੇ ਦੇਣ ਕੇ 80 ਹੋ ਜਾਏਗੇ ਆਈ ਐਮ ਆਲਰੇਡੀ ਲੀਡਿੰਗ ਸੋ ਆਮ ਓਕੇ ਤੁਸੀਂ ਸ਼ੇਅਰ ਕਰ ਸਕਦੇ ਤੇ ਹੁਣ ਤੁਹਾਨੂੰ ਸਕਰੀਨ ਤੇ ਇੱਕ ਮੂਵੀ ਦਾ ਨਾਮ ਉਲਟ ਪੁਲਟ ਕਰਕੇ ਦਿਖਾਇਆ ਜਾਊਗਾ ਆ ਜਾਓ ਇਹ ਜਵਾਬ ਮੈਂ ਦਊਂਗਾ ਪੱਕਾ ਤੇ ਤੁਸੀਂ ਦੱਸਣਾ ਕਿ ਓਰੀਜਨਲ ਕਿਹੜਾ ਨਾਮ ਹੈ ਮੂਵੀ ਦਾ ਨਾਮ ਹੈ ਬਜ਼ਰ ਤਾਂ ਬਣਿਆ ਤੁਹਾਨੂੰ ਟਾਈਮਰ ਉਹਦੀ ਮਿਲੂਗਾ ਸੇਵ ਜੀ ਤੁਸੀਂ ਜੀ ਆਇਆਂ ਨੂੰ ਜੀ ਆਇਆਂ ਨੂੰ ਪਹਿਲੇ ਮੈਂ ਨਹੀਂ ਪਾਇਆ ਉਹਨਾਂ ਨੇ ਦੱਬਿਆ ਸੀਗਾ ਉਹਨਾਂ ਦਾ ਲਾਈਟ ਨਹੀਂ ਆਨ ਹੋਈ ਬਟ ਪਿੱਛੇ ਉਹ ਸਾਰੀ ਟਾਈਮ ਬੈਠੀ ਹੈ ਮੇਰੀ ਹੈਲਪ ਕਰਨ ਲਈ ਆਈ ਗੇਵ ਹਿਮ ਦੀ ਆਨਸਰ 20 ਪੁਆਇੰਟਸ ਲੈ ਗਏ ਤੁਸੀਂ ਵੈਰੀ ਗੁੱਡ ਤੇ ਹੁਣ ਲਾਸਟ ਲਾਸਟ ਸਵਾਲ ਹੁਣ ਤੁਹਾਨੂੰ ਇੱਥੇ ਇੱਕ ਮੂਵੀ ਦਾ ਸਕਰੀਨਸ਼ਾਟ ਦਿਖਾਇਆ ਜਾਏਗਾ ਤੇ ਤੁਸੀਂ ਗੈਸ ਕਰਨਾ ਕਿ ਉਹ ਕਿਹੜੀ ਮੂਵੀ ਹੈ ਉਹਦਾ ਸਕਰੀਨਸ਼ਾਟ ਹੈ ਜਿਵੇਂ ਇੱਕ ਬੱਚਾ ਹੁੰਦਾ ਨਾ ਜਿਸਕੋ ਪਤ ਜੋ ਆਪਣੇ ਪੇਪਰ ਕੇ ਬਾਅਦ ਡਿਸਕਸ ਕਰ ਲੇਤਾ ਹੈ ਕਿ ਮੇਰੇ ਤੋਂ 95 ਆ ਹੀ ਰਹੇ ਹਨ ਆਈ ਐਮ ਦੈਟ ਬੱਚਾ ਨਾ ਇਨਕੋ ਨਹੀਂ ਪਤਾ ਲੱਗ ਰਿਹਾ ਹੈ ਕਿ ਚਲੋ ਤੇ ਉਹ ਸਕਰੀਨਸ਼ਾਟ ਹੈ ਹਾਂਜੀ ਸਭ ਤੋਂ ਪਹਿਲਾਂ ਤੁਸੀਂ ਬਜ਼ਰ ਦੱਬਿਆ ਮੈਨੂੰ ਲੱਗਦਾ ਗਲਤੀ ਹੋ ਗਈ ਮੇਰੇ ਤੋਂ ਨਹੀਂ 30 ਸੈਕਿੰਡ ਦਾ ਟਾਈਮ ਹੈਗਾ ਤੁਹਾਡੇ ਕੋਲ ਇਹ ਯਾਰ ਮੂਵੀ ਆਈ ਸੀ ਪਿੱਛੇ ਜੇ ਪਰ ਮੈਂ ਦੇਖੀ ਨਹੀਂ ਹੈਗੀ ਇਹ ਮੂਵੀ ਕਿਹੜੀ ਹੈ ਕਿਹੜੀ ਮੂਵੀ ਹੈ ਮੁੰਡਾ ਰੌਕਸਟਾਰ ਨਹੀਂ 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 ਅਰੇ ਯਾਰ ਉਹ ਐਸੇ ਹੀ ਰੌਕ ਆਈ ਨਹੀਂ ਤੁਸੀਂ ਦੱਸ ਸਕਦੇ ਅਰੇ ਚਲੋ ਚਲੋ ਇਹ ਤੋਂ ਪੁੱਛ ਲਓ ਇਹ ਤੋਂ ਪੁੱਛ ਲਓ ਮੈਂ ਨਹੀਂ ਮੈਨੂੰ ਕੋਈ ਨਾਮ ਨਹੀਂ ਆ ਰਿਹਾ ਤੁਹਾਡੇ ਕੋਲ ਹੈਗਾ ਹਲੇ ਵੀ ਸਟਿਲ ਟਾਈਮ ਹੈਗਾ ਇਹ ਤੋਂ ਪੁੱਛ ਲਓ ਨਹੀਂ ਮੈਂ ਬਹੁਤ ਚੁਣਿੰਦਾ ਮੂਵੀਆਂ ਦੇਖਦਾ ਮੈਨੂੰ ਪਰਿੰਦੇ ਬੋਲ ਦੋ ਪਰਿੰਦਾ ਕੇ ਪਰਿੰਦੇ ਹੈ ਆਈ ਡੋਨਟ ਨੋ ਜੇ ਕਹਿ ਰਹੀ ਹੈ ਤਾਂ ਪੂਰਾ ਨਾਮ ਇਹ ਪੂਰਾ ਨਹੀਂ ਹੈ ਪਰਿੰਦੇ ਆਈ ਸੀਗੀ ਪਿੱਛੇ ਜੇ ਹਾਂ ਪਰਿੰਦੇ ਆਈ ਸੀਗੀ ਪਰ ਉਹ ਨਵਰਾਜ ਦੀ ਪੂਰਾ ਨਾਮ ਯੁਵਰਾਜ ਦੀ ਸੀਗੀ ਮੈਨੂੰ ਪੂਰਾ ਨਾਮ ਨਹੀਂ ਯਾਦ ਆ ਰਿਹਾ ਤੇ ਆਈ ਗਿਵ ਅਪ ਤੂੰ ਹਰ ਮੂਵੀ ਦੇਖ ਲੈਣੀ ਹੈ ਕਮਾਲ ਹੈ ਨਾ ਨਾ ਟਾਈਮਰ ਆਊਟ ਹੋ ਚੁੱਕਾ ਆਈ ਹੈਵ 6 ਸੈਂਸ ਓਕੇ ਇਹਦਾ ਨਾਮ ਹੈ ਪਰਿੰਦਾ ਪਾਰ ਗਿਆ ਪਰਿੰਦਾ ਪਾਰ ਗਿਆ ਮੈਂ ਬੋਲ ਮੈਂ ਸੋਚ ਰਹੀ ਪਰਿੰਦਾ ਭਾਗ ਗਿਆ ਕਿ ਬੇਸਿਕਲੀ ਤਾਂ ਮੈਂ ਦੋਨੋਂ ਆਰਟਿਸਟ ਇੱਕ ਸਕਰੀਨ 'ਚ ਰੱਖਣੇ ਤਾਂ ਕਿ ਆਸਾਨੀ ਹੋਵੇ ਗੈਸ ਕਰਨ 'ਚ ਪਰ ਇਸ ਸਵਾਲ ਦੇ ਪੁਆਇੰਟਸ ਕਿਸੇ ਨੂੰ ਵੀ ਨਹੀਂ ਮਿਲਣਗੇ ਸੋ ਵਿਨਰ ਇਸੇ ਕੇ ਸਾਥ ਐਥੇ ਹੀ ਫਟਾਫਟ ਗਿਫਟ ਐਂਪਰ ਦੋ ਅਸੀਂ ਅੱਧਾ ਦਾ ਕਰੀਏ ਬਟ ਵਿਨਰ ਅਨਾਉਂਸ ਕਰਨ ਤੋਂ ਪਹਿਲਾਂ ਮੇਰੇ ਇੱਕ ਦੋ ਸਵਾਲ ਨੇ ਤੁਹਾਡੇ ਤੋਂ ਹਾਂਜੀ ਆਪਾਂ ਉਹ ਵੀ ਗੱਲਾਂ ਕਰ ਲਈਏ ਜੀ ਅੱਧਾ ਸਮਾਨ ਦੇ ਕੇ ਜਾਈ ਮੈਨੂੰ ਕਿਹਨਾਂ ਦਾ ਸਾਥ ਵਾਈ ਹੱਦ ਹੈ ਯਾਰ ਮੈਂ ਤੇਰੀ ਹੈਲਪ ਕੀਤੀ ਆ ਹਾਰਨ ਚ ਜੀ ਆਇਆਂ ਨੂੰ ਤਾਂ ਮੈਂ ਆਪਾਂ ਨੂੰ ਬਤਾਇਆ ਯਾਰ ਜਿੱਤੂ ਜਿੱਤੀ ਆ ਹਫੀਰ ਤੇਰੇ ਮੇਰੀ ਬਾਹਰ ਗੱਲ ਹੋਈ ਸੀ ਨਾ ਨਹੀਂ ਮੈਂ ਤੈਨੂੰ ਕਹਿ ਸੀ ਮੈਂ ਹਾਰੂਗਾ ਆਪਣਾ ਮੈਚ ਉਹ ਦੇ ਦੇਣਗੇ ਆਪਕੋ ਮੈਂ ਨਹੀਂ ਸਾਡਾ ਮੈਚ ਫਿਕਸ ਹੋਇਆ ਸੀਗਾ ਬਾਹਰੋਂ ਆਉਂਦੇ ਮੈਂ ਕਿਹਾ ਤੂੰ ਜਿੱਤ ਜੀ ਕੋਈ ਗੱਲ ਨਹੀਂ ਮੈਂ ਹਾਰ ਦੂੰਗਾ ਬਸ ਹੀ ਇਜ਼ ਜਸਟ ਕੰਪਨਸੇਟਿੰਗ ਨਾਓ ਠੀਕ ਹੈ ਨਾ ਹਾਰ ਕੇ ਬੰਦਾ ਇਦਾਂ ਹੀ ਗੱਲ ਕਰਦਾ ਚਲੋ ਹੁਣ ਜਿੱਤੂ ਹਲੇ ਅਸੀਂ ਅਨਾਉਂਸ ਕਰਾਂਗੇ ਗਿਫਟ ਹੈਂਪਰ ਵੀ ਦਵਾਂਗੇ ਬਟ ਉਹ ਤੋਂ ਪਹਿਲਾਂ ਮੇਰੇ ਇੱਕ ਦੋ ਸਵਾਲ ਨੇ ਤੁਹਾਡੇ ਤੋਂ ਹਾਂਜੀ ਚਾਹੇ ਅਗਲੋ ਨੇ ਹੈਂਪਰ ਦੇਣਾ ਹੀ ਨਾ ਉਹ ਮੈਂ ਸੀ ਇਤਨੀ ਨਹੀਂ 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 ਅਸੀਂ ਵਾਅਦੇ ਦੇ ਪੱਕੇ ਆ ਆਈ ਐਮ ਕਿਡਿੰਗ ਚਲ ਅਸੀਂ ਵਾਅਦੇ ਦੇ ਪੱਕੇ ਆ ਮੈਂ ਸਭ ਤੋਂ ਪਹਿਲਾਂ ਤੁਹਾਡੇ ਤੋਂ ਪੁੱਛਣਾ ਚਾਹਾਂਗੀ ਬਲੈਕੀਆ 2 ਦਾ ਟ੍ਰੇਲਰ ਰਿਲੀਜ਼ ਹੋ ਚੁੱਕਿਆ ਉਹਨੂੰ ਦੇਖ ਕੇ ਮਤਲਬ ਮੈਂ ਕਹੂੰਗੀ ਕਿ ਸੀਰੀਅਸਲੀ ਇੱਕ ਵਾਰੀ ਤਾਂ ਪੰਜਾਬੀ ਇੰਡਸਟਰੀ 'ਚ ਸੰਸਨੀ ਜੀ ਪੈਦਾ ਹੋ ਚੁੱਕੀ ਹੈ ਹੈ ਨਾ ਕੋਈ ਇਹੋ ਜਿਹਾ ਰੀਜ਼ਨ ਜਿਹੜਾ ਤੁਸੀਂ ਮਤਲਬ ਪਹਿਲਾਂ ਕਦੇ ਨਹੀਂ ਦਿੱਤਾ ਕਿ ਇਹ ਮੂਵੀ ਜ਼ਰੂਰ ਦੇਖਣੀ ਚਾਹੀਦੀ ਆ ਕਿਉਂਕਿ ਮੈਨੂੰ ਲੱਗਦਾ ਕਿ ਪਰਫਾਰਮੈਂਸ ਵਾਈਜ਼ ਕੰਟੈਂਟ ਵਾਈਜ਼ ਔਰ ਜਿੰਨਾ ਅਸੀਂ ਟੈਕਨੀਕਲੀ ਇਹਦੇ ਉੱਤੇ ਕੰਮ ਕੀਤਾ ਫਿਲਮ ਦੇ ਉੱਤੇ ਔਰ ਇਹਦੀ ਸਟੋਰੀ ਦੇ ਉੱਤੇ ਜਿੰਨਾ ਕੰਮ ਕੀਤਾ ਤਾਂ ਮੈਨੂੰ ਆਪਣੇ ਹੁਣ ਤੱਕ ਦੀਆਂ ਆਈਆਂ ਸਾਰੀਆਂ ਮੂਵੀਆਂ 'ਚੋਂ ਬੈਸਟ ਲੱਗਦੀ ਹੈ ਸੋ ਮੈਂ ਇੰਨਾ ਜੁੜਿਆ ਹੋਇਆ ਇਸ ਫਿਲਮ ਦੇ ਨਾਲ ਔਰ ਦੂਜਾ ਇਹ ਰੀਅਲ ਇਵੈਂਟਸ ਤੋਂ ਨਿਕਲੀ ਹੋਈ ਫਿਲਮ ਹੈ ਟਰੂ ਇਵੈਂਟਸ ਤੋਂ ਅਤੇ ਇਮੋਸ਼ਨਸ ਕਾਮੇਡੀ ਰੋਮੈਂਸ ਐਕਸ਼ਨ
ਔਰ ਜੋ ਤੁਸੀਂ ਇੱਕ ਚੰਗੀ ਫਿਲਮ ਲਈ ਜਾਣੇ ਹੋ ਦੇਖਣ ਉਹ ਐਂਟਰਟੇਨ ਤੁਹਾਡਾ ਕਰੂਗੀ ਇਹ ਫਿਲਮ ਔਰ ਇੱਕ ਬਹੁਤ ਸੋਹਣਾ ਮੈਸੇਜ ਦੇ ਕੇ ਲਾਰਜਰ ਦੈਨ ਲਾਈਫ ਫਿਲਮ ਹੈ ਤੁਸੀਂ ਆਪਣਾ ਇਸ ਫਿਲਮ 'ਚ ਜਿਹੜਾ ਕਰੈਕਟਰ ਹੈ ਬਾਕੀ ਫਿਲਮਾਂ ਨਾਲੋਂ ਕਿੰਨਾ ਕੁ ਅਲੱਗ ਦੇਖਦੇ ਹੋ ਐਕਚੁਲੀ ਆਈ ਮੀਨ ਇਨ ਦਾ ਫਿਲਮ ਜੋ ਮੇਰਾ ਕੈਰੈਕਟਰ ਹੈ ਬਹੁਤ ਡਿਫਰੈਂਟ ਨਹੀਂ ਹੈ ਫਰੋਮ ਵਾਟ ਆਈ ਪਲੇਡ ਓਨੈਸਟਲੀ ਜੋ ਮੈਂ ਪਹਿਲੇ ਜੈਸੇ ਕੈਰੈਕਟਰਸ ਕੀ ਹੈ ਲੇਕਿਨ ਫਿਲਮ ਕੇ ਅੰਦਰ ਮੇਰਾ ਕੰਟਰਾਸਟ ਬਹੁਤ ਹੈ ਇਨ ਮਾਈ ਕੈਰੈਕਟਰ ਤੋ ਵੋ ਦੇਖਣਾ ਇੰਟਰਸਟਿੰਗ ਹੋਗਾ ਸੋ ਆਈ ਐਮ ਯੈਟ ਟੂ ਪਲੇ ਅ ਕੈਰੈਕਟਰ ਜੋ ਮੇਰੇ ਲਈ ਇੰਟਰਸਟਿੰਗ ਹੋ ਔਨ ਸਕਰੀਨ ਕਦੇ ਤੁਹਾਡੀ ਕੋਈ ਇੱਦਾਂ ਦੀ ਵਿਸ਼ ਹੈ ਕਿ ਇੱਦਾਂ ਦਾ ਕੈਰੈਕਟਰ ਮਿਲੇ ਅਤੇ ਮੈਂ ਆਹ ਪਲੇ ਕਰਨਾ ਚਾਹੁੰਦੀ ਹਾਂ ਹਾਂ ਆਈ ਵਾਂਟ ਟੂ ਪਲੇ ਮੈਂ ਕੁਛ ਐਕਸ਼ਨ ਕਰਨਾ ਚਾਹਤੀ ਹੂੰ ਮਤਲਬ ਜੈਸੇ ਮੈਂ ਕੁਛ ਮਾਫੀਆ ਗੁੰਡਾ ਟਾਈਪ ਬਣਨਾ ਚਾਹਤੀ ਹੂੰ ਜਿਹੜੀ ਵੀ ਡਾਇਰੈਕਟਰ ਸੁਣ ਰਹੇ ਨੇ ਸਾਡਾ ਸ਼ੋਅ ਦੇਖ ਰਹੇ ਨੇ ਪਲੀਜ਼ ਨਜ਼ਰਾਂ ਇੱਧਰ ਘੁਮਾ ਲਓ ਸਾਨੂੰ ਐਕਸ਼ਨ ਲੀਡ ਮਿਲ ਚੁੱਕੀ ਹੈ ਹਨਾ ਅੱਛਾ ਦੇਵ ਜੀ ਮੈਂ ਤੁਹਾਡੇ ਤੋਂ ਪੁੱਛਣਾ ਚਾਹਾਂਗੀ ਤੁਸੀਂ ਹੁਣ ਤੱਕ ਜਿੰਨੇ ਵੀ ਤੁਸੀਂ ਐਕਸ਼ਨ ਹੀਰੋ ਦੇ ਵਿਹਾਰ 'ਤੇ ਜਾਣੇ ਹੋ ਨਾ ਕਿ ਐਕਸ਼ਨ ਹੀਰੋ ਜਿਹੜੇ ਸਾਡੇ ਪੰਜਾਬੀ ਇੰਡਸਟਰੀ 'ਚ ਗਿਣੇ ਚੁਣੇ ਨੇ ਗਿਣੇ ਚੁਣੇ ਕਿ ਆਈ ਥਿੰਕ ਤੁਸੀਂ ਹੋ ਮੇਨ ਜਿਹੜਾ ਉਹਨਾਂ ਦਾ ਚਿਹਰਾ ਹੈ ਤੁਹਾਨੂੰ ਕਦੇ ਇਹਨਾਂ ਤੋਂ ਇਲਾਵਾ ਕੋਈ ਕਾਮੇਡੀ ਜਾਂ ਕੋਈ ਹੋਰ ਕਰੈਕਟਰ ਆਫਰ ਹੋਇਆ ਮੈਂ ਕੀਤਾ ਪਿੱਛੇ ਬਾਈ ਜੀ ਕੁੱਟਣਗੇ ਬਟ ਉਹ 'ਚ ਵੀ ਬਾਈ ਜੀ ਕੁੱਟਦੇ ਆ ਹਾਂਜੀ ਬਟ ਸ਼ਾਇਦ ਲੋਕ ਮੈਨੂੰ ਦੇਖਣਾ ਇੱਦਾਂ ਐਕਸ਼ਨ ਦੇ ਵਿੱਚ ਆਉਂਦੇ ਆ ਇੱਕ ਰਫ ਐਂਡ ਟਫ ਲੁੱਕ ਦੇ ਵਿੱਚ ਉਸ ਤਰ੍ਹਾਂ ਹੁਣ ਵੀ ਮੈਂ ਇੱਕ ਫਿਲਮ ਕਰਕੇ ਆਇਆ ਪਿੱਛੇ ਜੇ ਉਹਦੇ ਵਿੱਚ ਮੇਰਾ ਟੋਟਲੀ ਡਿਫਰੈਂਟ ਬਹੁਤ ਸ਼ਾਂਤ ਜਿਹਾ ਕਰੈਕਟਰ ਹੈ ਬਟ ਹਾਲੇ ਨਾਮ ਨਹੀਂ ਰਿਲੀਜ਼ ਕਰੂੰਗਾ ਮੈਂ ਫਿਲਮ ਦਾ ਤਾਂ ਮੈਂ ਟਰਾਈ ਤਾਂ ਕਰਦਾ ਆਪਣੇ ਕੋਲੋਂ ਮੈਂ ਡਿਫਰੈਂਟ ਡਿਫਰੈਂਟ ਕਰੈਕਟਰ ਕਰਾਂ ਬਟ ਤੁਸੀਂ ਲੋਕਾਂ ਲਈ ਕੰਮ ਕਰਦੇ ਹੋ ਤੁਹਾਡੇ ਚਾਹੁਣ ਵਾਲਿਆਂ ਲਈ ਕੰਮ ਕਰਦੇ ਹੋ ਕੋਈ ਵੀ ਸਿੰਗਰ ਕੋਈ ਵੀ ਐਕਟਰ ਆਪਣੇ ਚਾਹੁਣ ਵਾਲਿਆਂ ਦਾ ਜੋ ਉਹ ਮੈਨੂੰ ਜਿਸ ਚੀਜ਼ 'ਚ ਪਸੰਦ ਕਰਦੇ ਨੇ ਉਹੀ ਮੈਨੂੰ ਡਿਲੀਵਰ ਕਰਨਾ ਚਾਹੀਦਾ ਤਾਂ ਮੈਂ ਟਰਾਈ ਕੀਤੀ ਹੈ ਇੱਕ ਦੋ ਜਗ੍ਹਾ ਦੇ ਉੱਤੇ ਕੁਛ ਕਰਾਂ ਬਟ ਉਹ ਉਹਨਾਂ ਨੂੰ ਨਹੀਂ ਪਸੰਦ ਆਇਆ ਜ਼ਿਆਦਾ ਉਹਨਾਂ ਨੇ ਹਾਂ ਉਹਨਾਂ ਦੇ ਇੱਕ ਹੁੰਦਾ ਨਾ ਕਿ ਮਤਲਬ ਸਾਡੇ ਖੁਦ ਦੇ ਜ਼ਿਹਨ 'ਚ ਵੱਸ ਗਿਆ ਕਿ ਤੁਸੀਂ ਐਕਸ਼ਨ ਹੀਰੋ ਹੋ ਮਤਲਬ ਵੀ ਐਕਸ਼ਨ ਹੀ ਕਰਨਾ ਔਰ ਜੇ ਮੈਂ ਕੱਲ੍ਹ ਕੋਈ ਰੋਮਾਂਟਿਕ ਫਿਲਮ ਵੀ ਕਰੂੰਗਾ ਤਾਂ ਉਹਦੇ ਵਿੱਚ ਵੀ ਐਕਸ਼ਨ ਹੋਊਗਾ ਸੋ ਉਦਾਂ ਦੀ ਫਿਲਮ ਅਸੀਂ ਪਲਾਨ ਕਰ ਰਹੇ ਹਾਂ ਰੋਮਾਂਟਿਕ ਹੋਵੇ ਤੇ ਬਟ ਐਕਸ਼ਨ ਹੋਵੇ ਤੁਸੀਂ ਕਦੇ ਤੁਹਾਨੂੰ ਕੋਈ ਕਾਮੇਡੀ ਕੈਰੈਕਟਰ ਆਫਰ ਹੋਇਆ ਜਾਂ ਇਨ ਫਿਊਚਰ ਜੇ ਹੋਵੇ ਤਾਂ ਤੁਸੀਂ ਕਰਨਾ ਪਸੰਦ ਕਰੋਗੇ ਬਾਈ ਜੀ ਕੁੱਟਣਗੇ ਤੇ ਮੇਰਾ ਫੁੱਲ ਫਲੈਜ ਕਾਮੇਡੀ ਕੈਰੈਕਟਰ ਸੀਗਾ ਔਰ ਮੈਂ ਪਲੇ ਵੀ ਬਹੁਤ ਵਧੀਆ ਕੀਤਾ ਔਰ ਨਹੀਂ ਤਾਂ ਮੈਂ ਆਪਣੇ ਕੰਮ 'ਚ ਖੁਦ ਆਪਣੇ ਆਪ ਨੂੰ ਕ੍ਰਿਟੀਸਾਈਜ਼ ਕਰਦਾ ਹੁੰਦਾ ਕਿ ਨਹੀਂ ਆਹ ਵਧੀਆ ਨਹੀਂ ਹੋਇਆ ਬਟ ਉਹ ਜਦੋਂ ਮੈਂ ਦੇਖਦਾ ਕੰਮ ਤਾਂ ਮੈਂ ਇੰਜੋਏ ਕਰਦਾ ਔਰ ਸਮੀਪ ਪੰਗ ਜੀ ਡਾਇਰੈਕਟਰ ਸੀਗੇ ਉਹਨਾਂ ਨੇ ਬਹੁਤ ਪ੍ਰੇਜ਼ ਕੀਤੀ ਸੀ ਉਸ ਕਰੈਕਟਰ ਦੀ ਤੁਸੀਂ ਕੋਈ ਤੁਹਾਡਾ ਇੱਦਾਂ ਦਾ ਹੈਗਾ ਕਿ ਤੁਸੀਂ ਨਾ ਬਹੁਤ ਸ਼ਾਨਦਾਰ ਕਰੈਕਟਰ ਕੀਤੇ ਹੁਣ ਤੱਕ ਜਿੰਨੇ ਵੀ ਕੀਤੇ ਕੋਈ ਹਾਲੇ ਤੁਸੀਂ ਮੁਕਾਮ ਸੈੱਟ ਕੀਤਾ ਹੋਇਆ ਕਿ ਯਾਰ ਮੈਨੂੰ ਇਦਾਂ ਦਾ ਕਰੈਕਟਰ ਮਿਲੇ ਤੇ ਮੈਂ ਆਹ ਮਤਲਬ ਬਹੁਤ ਸਾਰੇ ਕਰੈਕਟਰ ਨੇ ਮੈਂ ਰੀਅਲ ਲਾਈਫ ਤੋਂ ਇਨਸਪਾਇਰਡ ਕਰੈਕਟਰ ਜਿਹੜੇ ਹੈਗੇ ਨੇ ਉਹ ਕਰਨਾ ਚਾਹੁੰਦਾ ਔਰ ਹੈਗੇ ਵੀ ਨੇ ਤੇ ਕਰ ਵੀ ਰਹੇ ਅੱਗੇ ਬਟ ਮੈਨੂੰ ਜਿਹੜੇ ਚੈਲੰਜਿੰਗ ਰੋਲ ਨੇ ਜਿਹੜੇ ਮੈਨੂੰ ਡਰਾਉਣ ਤੇ ਮੇਰੇ ਤੋਂ ਮਿਹਨਤ ਕਰਾਉਣ ਐਜ਼ ਐਨ ਐਕਟਰ ਮੈਨੂੰ ਪੋਲਿਸ਼ ਕਰਨ ਉਹ ਇੱਕ ਕਿਰਦਾਰ ਕਰਨੇ ਮੈਨੂੰ ਜ਼ਿਆਦਾ ਪਸੰਦ ਨੇ ਇੱਕ ਮੇਰਾ ਮਤਲਬ ਮੈਂ ਹਰ ਇੱਕ ਆਰਟਿਸਟ ਤੋਂ ਪੁੱਛਣਾ ਬਹੁਤ ਪਸੰਦ ਕਰਦੀ ਹਾਂ ਮੈਨੂੰ ਜਾਣ ਕੇ ਬਹੁਤ ਮਤਲਬ ਖੁਸ਼ੀ ਹੁੰਦੀ ਹੈ ਕਿ ਤੁਹਾਡੇ ਦੋਹਾਂ ਤੋਂ ਵੀ ਮੇਰਾ ਸੇਮ ਸਵਾਲ ਹੈ ਸਭ ਤੋਂ ਪਹਿਲਾਂ ਆਰੁਸ਼ੀ ਮੈਂ ਤੁਹਾਨੂੰ ਪੁੱਛਣਾ ਚਾਹੂੰਗੀ ਤੁਹਾਡੀ ਲਾਈਫ ਦਾ ਹੁਣ ਤੱਕ ਦਾ ਟਰਨਿੰਗ ਪੁਆਇੰਟ ਕਿਹੜਾ ਰਿਹਾ ਜਿਸ ਤੋਂ ਬਾਅਦ ਤੁਹਾਡੀ ਪੂਰੀ ਲਾਈਫ ਚੇਂਜ ਹੋ ਗਈ ਇਨ ਮਾਈ ਕਰੀਅਰ ਇਨ ਮਾਈ ਲਾਈਫ ਹਾਂਜੀ ਬੋਥ ਇੰਕਲੂਡਿੰਗ ਬੋਥ ਆਈ ਥਿੰਕ ਦੋਨੋਂ ਕੇ ਆਂਸਰ ਡਿਫਰੈਂਟ ਹੈ ਲਾਈਫ ਕਾ ਟਰਨਿੰਗ ਪੁਆਇੰਟ ਵਾਜ਼ ਵੈਨ ਮਾਈ ਫਾਦਰ ਪਾਸਡ ਅਵੇ ਐਂਡ ਆਈ ਡੋਂਟ ਨੋ ਇਫ ਆਈ ਵਿਲ ਸੇ ਦੈਟ ਵਾਜ਼ ਅ ਦੈਟ ਵਾਜ਼ ਅ ਪੋਜ਼ਿਟਿਵ ਕਿ ਨੈਗੇਟਿਵ ਮੈਂ ਉਹ ਨਹੀਂ ਬਤਾ ਪਾਊਂਗੀ ਬਟ ਲਾਈਫ ਬਹੁਤ ਜ਼ਿਆਦਾ ਡਰਾਸਟਿਕਲੀ ਚੇਂਜ ਹੋ ਗਈ ਆਫਟਰ ਹੀ ਪਾਸਡ ਅਵੇ ਲਾਈਫ ਕਾ ਵੋ ਟਰਨਿੰਗ ਪੁਆਇੰਟ ਥਾ ਔਰ ਕਰੀਅਰ ਕੀ ਬਾਤ ਕਰੂੰ ਤੋ ਆਈ ਥਿੰਕ ਐਮੀ ਕੇ ਸਾਥ ਮੈਂ ਮੈਨੇ ਗਾਣਾ ਕੀਆ ਥਾ ਹੱਥ ਚੁੰਮੇ ਆਈ ਥਿੰਕ ਦੈਟ ਸੌਂਗ ਵਾਜ਼ ਅ ਟਰਨਿੰਗ ਪੁਆਇੰਟ ਫੋਰ ਮਾਈ ਕਰੀਅਰ ਕਿਉਂਕਿ ਉਸ ਗਾਣੇ ਕੇ ਬਾਅਦ ਮੁਝੇ ਥੋੜ੍ਹਾ ਲੋਕੋ ਨੇ ਜ਼ਿਆਦਾ ਰਿਕੋਗਨਾਈਜ਼ ਕੀਆ ਔਰ ਮੈਨੇ ਐਕਸਪੋਜ਼ਰ ਫਿਲਮੇ ਉਸਕੇ ਬਾਤ ਕਰਨੀ ਸ਼ੁਰੂ ਕਰੀ ਸੋ ਤੁਹਾਡੀ ਲਾਈਫ ਦਾ ਟਰਨਿੰਗ ਮੇਰੀ ਲਾਈਫ 'ਚ ਦੋ ਟਰਨਿੰਗ ਪੁਆਇੰਟ ਆਏ ਹਾਂਜੀ ਇੱਕ ਵਾਰ ਜਦੋਂ ਮੈਂ ਫਿਲਮ ਬਣਾਈ ਸੀਗੀ ਇੱਕ ਖੁਦ ਪ੍ਰੋਡਿਊਸਰ ਐਜ਼ ਤਾਂ ਉਦੋਂ ਬਹੁਤ ਲੋਸ ਹੋਇਆ ਸੀ ਤਾਂ ਉਹ ਇੱਕ ਲਾਈਫ ਜਿਹੜੀ ਖੁਸ਼ਨੁਮਾ ਲਾਈਫ ਚੱਲ ਰਹੀ ਸੀ ਖੁਸ਼ੀਆਂ ਭਰੀ ਤਾਂ ਉਹ ਤੋਂ ਬਾਅਦ ਫਿਰ ਉਹ ਲਾਈਫ ਥੋੜ੍ਹੀ ਜਿਹੀ ਟਰੈਕ ਤੋਂ ਉੱਤਰ ਗਈ ਸੀ ਪਟੜੀ ਤੋਂ ਹਨਾ ਫਰਸਟ੍ਰੇਸ਼ਨ ਵੱਲ ਚਲਾ ਗਿਆ ਸੀ ਫਿਰ ਜਿਹੜਾ ਮੇਰਾ ਲਾਈਫ ਦੇ ਵਿੱਚ ਕਹਿ ਸਕਦੇ ਕਿ ਖੁਸ਼ੀਆਂ ਆਈਆਂ ਜਾਂ ਚੇਂਜ ਰੁਪਿੰਦਰ ਗਾਂਧੀ ਫਿਲਮ ਮੈਂ ਕੀਤੀ ਰੁਪਿੰਦਰ ਗਾਂਧੀ 2 ਫਿਲਮ ਕੀਤੀ ਬਟ ਉਹ ਤੋਂ ਲੋਕਾਂ ਨੇ ਜੱਜ ਕੀਤਾ ਕਿ ਸਿਰਫ ਗਾਂਧੀ ਕਰਕੇ ਚੱਲਿਆ ਜਾਂ ਰੁਪਿੰਦਰ ਗਾਂਧੀ ਦੀ ਆਪਣੀ ਇੱਕ ਫੈਨ ਫੋਲੋਇੰਗ ਸੀਗੀ ਤਾਂ ਮੈਂ ਕਹਿ ਸਕਦਾ ਡਾਕੂਆਂ ਦਾ ਮੁੰਡਾ ਇੱਕ ਟਰਨਿੰਗ ਪੁਆਇੰਟ ਸੀਗਾ ਕਿਉਂਕਿ ਉਹ ਬਹੁਤ ਵੱਡਾ ਬਿਜ਼ਨਸ ਕੀਤਾ ਸੀ ਉਸ ਫਿਲਮ ਨੇ ਤਾਂ ਇੰਡਸਟਰੀ ਨੇ ਮੈਨੂੰ ਫਿਰ ਉਸ ਤੋਂ ਬਾਅਦ ਸੀਰੀਅਸ ਲਿਆ ਐਜ਼ ਐਨ ਐਕਟਰ ਗਾਂਧੀ 2 ਤੋਂ ਬਾਅਦ ਵੀ ਇੰਨਾ ਸੀਰੀਅਸਲੀ ਨਹੀਂ ਲਿਆ ਸੀਗਾ ਜਦੋਂ ਕਿ ਉਹ ਫਿਲਮ ਵੀ ਚੱਲੀ ਸੀ ਬਟ ਮੈਨੂੰ ਲੱਗਦਾ ਕਿ ਡਾਕੂਆਂ ਦਾ ਮੁੰਡਾ ਇੱਕ ਟਰਨਿੰਗ ਪੁਆਇੰਟ ਸੀਗਾ ਬਟ ਮੇਰੀ ਜ਼ਿੰਦਗੀ ਦੇ ਵਿੱਚ ਜੇ ਫਿਰ ਵੀ ਕਿਤੇ ਨਾ ਕਿਤੇ ਗਾਂਧੀ ਫਿਲਮ ਨੂੰ ਮੈਂ ਕਦੇ ਨਹੀਂ ਨਕਾਰ ਸਕਦਾ ਤਾਂ ਉਹਦਾ ਵੀ ਬਹੁਤ ਵੱਡਾ ਰੋਲ ਹੈ ਜੇ ਮੈਂ ਅੱਜ ਇੱਥੇ ਖੜਾ ਹਾਂਜੀ ਜਿਹੜੀਆਂ ਤੁਹਾਡੀਆਂ ਮੈਜੋਰਟੀ ਆਫ ਮੂਵੀਜ਼ ਨੇ ਜਿਵੇਂ ਡਾਕੂਆਂ ਦਾ ਮੁੰਡਾ ਹੋ ਗਈ ਡਾਕੂਆਂ ਦਾ ਮੁੰਡਾ 2 ਰੁਪਿੰਦਰ ਗਾਂਧੀ 2 ਬਲੈਕ ਯਾ 2 ਇਹ ਤੁਹਾਡੇ ਸੀਕੁਅਲ ਨਾਲ ਕਿੰਨੀ ਕਿਸਾਨ ਹੈ ਗਾਂਧੀ 3 ਕਰ ਰਹੇ ਮਾਰਚ 'ਚ ਸ਼ੂਟਿੰਗ
ਔਰ ਜੇ ਬਲੈਕੀਆ 2 ਲੋਕ ਪਿਆਰ ਕਰਦੇ ਤਾਂ ਬਲੈਕੀਆ 3 ਵੀ ਬਣੂਗੀ ਸੀ ਵਿੱਚ ਛੱਡਿਆ ਉਹਦਾ ਬਲੈਕੀਆ 3 ਦਾ ਔਰ ਉਹ ਜਿਹਾ ਪੁਆਇੰਟ ਛੱਡਿਆ ਸੀ ਜਦੋਂ ਤੁਸੀਂ ਦੇਖੋਗੇ ਤਾਂ ਤੁਸੀਂ ਕਲੈਪਿੰਗ ਕਰੋਗੇ ਇਦਾਂ ਦਾ ਮਤਲਬ ਅਸੀਂ ਪੁਆਇੰਟ ਛੱਡ ਕੇ ਜਾ ਰਹੇ ਹਾਂ ਬਲੈਕੀਆ 3 ਲਈ ਅਸੀਂ ਬਹੁਤ ਜ਼ਿਆਦਾ ਐਕਸਾਈਟਡ ਹਾਂ ਕਿ ਛੇਤੀ ਛੇਤੀ 8 ਮਾਰਚ ਨੂੰ ਮੂਵੀ ਰਿਲੀਜ਼ ਹੋਵੇ ਤੇ ਅਸੀਂ ਸਾਰੇ ਜਣੇ ਜਾ ਕੇ ਦੇਖੀਏ ਥੈਂਕ ਯੂ ਤੇ ਇੱਕ ਮੇਰਾ ਲਾਸਟ ਸਵਾਲ ਹੈ ਤੁਹਾਡੇ ਦੋਹਾਂ ਤੋਂ ਇਸ ਤੋਂ ਬਾਅਦ ਮੈਂ ਵਿਨਰ ਅਨਾਉਂਸ ਕਰਾਂਗੀ ਤੁਹਾਡੇ ਲਈ ਸਭ ਤੋਂ ਪਹਿਲਾਂ ਮੈਂ ਤੁਹਾਡੇ ਤੋਂ ਪੁੱਛਦੀ ਹਾਂ ਰਿਸ਼ੀ ਤੁਹਾਡੇ ਲਈ ਪਿਆਰ ਦੀ ਡੈਫੀਨੇਸ਼ਨ ਕੀ ਹੈ ਕਲੀਸ਼ੇ ਆਨਸਰ ਜੋ ਤੋਂ ਪਿਆਰ ਦੋਸਤੀ ਹੈ ਲੇਕਿਨ ਆਈ ਥਿੰਕ ਕਿ ਪਿਆਰ ਅਨਕੰਡੀਸ਼ਨਲ ਹੁੰਦਾ ਹੈ ਅਗਰ ਆਪ ਕਿਸੇ ਕੋ ਬੇਇੰਤਹਾ ਮੁਹੱਬਤ ਕਰਤੇ ਹੋ ਤੋ ਆਪ आपके लिए दिन रात कोई कुछ मैटर नहीं करता कोई चीज़ मायने नहीं रखती कि उस इंसान के साथ आपको दो मिनट स्पेंड करने के लिए मिल जाए या आप एक बिना किसी कंडीशन के उसके लिए सब करना चाहो और खुशी से करना चाहो आई थिंक दैट इज़ लव वो किसी के लिए भी हो सकता है फॉर योर मदर फॉर योर बॉयफ्रेंड फॉर योर हस्बैंड फॉर एनीबॉडी तुहाडे लई देव प्यार की है प्यार मैनू लगता जिहदे नाल थोड़ा रूह का कनैक्शन होवे ओह जिवें इहने कहा कि ओह किसे लई भी हो सकता माँ लई भी हो सकता है भरा लई भी हो सकता है बच्चियां लई भी हो सकता है थोड़े पार्टनर लई भी हो सकता सो जिस इंसान नाल थोड़ा रूह का कनैक्शन होवे जिहनू थोनू मिलना यह हो बस इहदे नाल मैं 2 या 4 मिनट बैठ भी जावां तो मैनू सुकून आ जूगा और जदों बंदा दूर जावे तो दुनिया तुसीं सब तो वध उहनू मिस करो कोई भी हो सकता हो तो मेरे लिए प्यार की यह हैगी है डेफिनेशन जितों तुहानूं लगे कि यार मैं इहदे तों कुछ लुका नहीं सकता मैं झूठ नहीं बोल सकता वो अगे है ना तो वह प्यार दी है मेरे ख्याल दे विच बहुत खूब थैंक यू तो हूँ प्यार तो बाद मैं कहनी फिर तो मुकाबले तो वापसी कर ली आप मैं दोहां रिक्वेस्ट कर दी कि तुसी दोनों मेरे को आ जाओ ताकि आप विनर अनाउंस कर सकते साढ़े अज के इस शो के जेडे विनर ने कौन हो सकता देव जी की लग रहा थानू मैच भी कर रही हूँ मैं तो ओ माय गॉड ਪੂਰੀ ਮੈਚਿੰਗ ਕਰਕੇ ਤੁਸੀਂ ਇਹ ਕਿਉਂ ਪੁੱਛ ਰਹੇ ਹੋ ਕਿ ਕੌਣ ਹੋ ਸਕਦਾ ਮੇਰੇ ਤੋਂ ਕਿਉਂ ਪੁੱਛ ਰਹੇ ਹੋ ਤੁਸੀਂ ਤੁਸੀਂ ਦੱਸੋ ਅਰਸ਼ ਜੀ ਮੇਰੇ ਜ਼ਖਮਾਂ ਤੇ ਨਮਕ ਛਿੜਕ ਰਹੇ ਹੋ ਤੁਸੀਂ ਲੂਣ ਪਾ ਰਹੇ ਹੋ ਲੂਣ ਭੁੱਕ ਰਹੇ ਹੋ ਦੇਖੋ ਜਦ ਤੋਂ ਸਾਰੀ ਆਡੀਅੰਸ ਨੂੰ ਪਤਾ ਕਿ ਕੌਣ ਹੋ ਸਕਦਾ ਸਾਰੀ ਆਡੀਅੰਸ ਨੂੰ ਪਤਾ ਕਿ ਕੌਣ ਹੋ ਸਕਦਾ ਦੇਖਣ ਵਾਲਿਆਂ ਨੂੰ ਸਾਰਿਆਂ ਨੂੰ ਪਤਾ ਕੌਣ ਹੋ ਸਕਦਾ ਵੈਸੇ ਤੁਸੀਂ ਹਾਂ ਇਹ ਜੱਗ ਜ਼ਾਹਿਰ ਹੈ ਸਾਡੇ ਵਿਨਰ ਬਟ ਫਿਰ ਵੀ ਮੈਂ ਆਪਣੇ ਸ਼ਬਦਾਂ ਦੇ ਨਾਲ ਵਿਨਰ ਦਾ ਅਨਾਉਂਸ ਕਰਦੀ ਹਾਂ ਸਾਡੇ ਅੱਜ ਦੇ ਇਸ ਸ਼ੋਅ ਦੇ ਵਿਨਰ ਨੇ ਆਰੁਸ਼ੀ ਸ਼ਰਮਾ ਜੀ ਵਿਦ 120 ਪੁਆਇੰਟਸ ਦੇਵ ਜੀ ਤੁਹਾਨੂੰ ਮਿਲਦੇ ਨੇ 80 ਪੁਆਇੰਟਸ ਚਲੋ ਨੇੜੇ ਨੇੜੇ ਤਾਂ ਲੱਗਿਆ ਨਾ ਹਾਂ ਹਾਂ ਨੇੜੇ ਤਾਂ ਲੱਗਿਆ ਤੁਸੀਂ ਕੱਟ ਕਰ ਲੈਣੇ ਹੈਲਪ ਕੀ ਆਪਕੋ ਤੇ ਇਹ ਇੱਕ ਹੋਰ ਕੈਨ ਯੂ ਪਲੀਜ਼ ਰਾਉਂਡ ਇਟ ਫॉर ਮੀ ਤੁਹਾਡਾ ਆ ਬਣਾ ਦੇ ਮੈਨੂੰ ਪਟਾਰਾ ਚੱਕ ਤੇਰਾ ਗਿਫਟ ਹੈ ਪਰ ਇਹ ਤੁਹਾਡਾ ਹੈਂਪਰ ਜਿੱਤ ਮੁਬਾਰਕ ਹੋਵੇ ਤੁਹਾਨੂੰ ਥੈਂਕ ਯੂ ਸੋ ਮਚ ਤੇ ਹੁਣ ਦੋ ਸ਼ਬਦ ਹੋ ਜਾਣ ਤੁਹਾਡੀ ਜਿੱਤ ਲਈ ਕਿਵੇਂ ਲੱਗਿਆ ਇਹ ਐਡਾ ਕੜਾ ਮੁਕਾਬਲਾ ਲੜ ਕੇ ਮੈਂ ਚਾਹਤੀ ਹਾਂ ਕਿ ਇਹ ਮੈਨੂੰ ਬੁਲਾਤੇ ਰਹੇ ਤਾਂ ਕਿ ਮੈਂ ਹੈਂਪਰ ਜਿੱਤਦੀ ਰਹੂੰ ਨਹੀਂ ਤੂੰ ਹੈਂਪਰ ਜਿੱਤ ਕੇ ਕਰਿਆਨੇ ਦੀ ਦੁਕਾਨ ਖੋਲਣੀ ਹੈ ਇੰਨਾ ਸਮਾਨ ਲਿਆ ਕੇ ਦੱਸ ਯੈਸ ਡੋਨਟ ਬੀ ਜੈਲਸ ਦੇਵ ਜੀ ਤੁਹਾਨੂੰ ਕਿਵੇਂ ਲੱਗਿਆ ਮੁਕਾਬਲਾ ਲੜ ਕੇ ਬਹੁਤ ਵਧੀਆ ਲੱਗਿਆ ਜੀ ਇੱਥੇ ਇੰਟਰਟੇਨਿੰਗ ਸ਼ੋਅ ਹੈ ਤੁਹਾਡਾ ਪੂਰਾ ਔਰ ਨੌਲੇਜ ਥੋੜ੍ਹੀ ਜਿਹੀ ਆਪਾਂ ਫਿਲਮਾਂ ਬਾਰੇ ਵਧਾ ਕੇ ਚੱਲੇ ਹਾਂ ਕਿ ਨਿਰਮਲ ਰਿਸ਼ੀ ਦੀਆਂ ਕਿਹੜੀਆਂ ਫਿਲਮਾਂ ਨੇ ਇਹ ਤੋਂ ਕਿਹੜੀਆਂ ਫਿਲਮਾਂ ਨੇ ਪੁੱਠੇ ਅੱਖਰ ਵਾਲੀ ਕਿਹੜੀ ਫਿਲਮ ਹੈ ਸਾਰਾ ਕੁਝ ਪਤਾ ਲੱਗਿਆ ਮਤਲਬ ਦਿਮਾਗ ਤੇਜ਼ ਕਰਕੇ ਜਾ ਰਹੇ ਹੋ ਤੁਸੀਂ ਜਾ ਰਹੇ ਹੋ ਬਿਲਕੁਲ ਬਸ ਠੀਕ ਹੈ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਦੋਹਾਂ ਦਾ ਥੈਂਕ ਯੂ ਵੈਰੀ ਮੱਚ ਤੇ ਇੱਕ ਵਾਰੀ ਆਪਾਂ ਆਡੀਅੰਸ ਨੂੰ ਵੀ ਗੁਹਾਰ ਲਾ ਦਈਏ ਵੈਸੇ ਤਾਂ ਸਾਰੇ ਦੇਖਣ ਜਾਣਗੇ ਜਾਣਗੇ ਬਟ ਫਿਰ ਵੀ ਆਪਣਾ ਫਰਜ਼ ਬਣਦਾ ਹੈ ਕਿ ਉਹਨਾਂ ਨੂੰ ਦੱਸੀਏ ਬਲੈਕੀਆ 2 ਆ ਰਹੀ ਹੈ ਜੀ 8 ਮਾਰਚ ਨੂੰ ਸਾਰੇ ਜਣੇ ਪੂਰੀ ਸਪੋਰਟ ਕਰਿਓ ਟ੍ਰੇਲਰ ਨੂੰ ਟੀਜ਼ਰ ਨੂੰ ਮਿਊਜ਼ਿਕ ਨੂੰ ਤੁਸੀਂ ਬਹੁਤ ਪਿਆਰ ਦਿੱਤਾ ਸੋ 8 ਮਾਰਚ ਨੂੰ ਫਿਲਮ ਦੇਖਣਾ ਨਾ ਭੁੱਲਿਓ ਸਿਨੇਮਾ ਘਰਾਂ ਦੇ ਵਿੱਚ ਬਲੈਕੀਆ 2 ਤੇ ਹੋਪ ਤੁਹਾਨੂੰ ਵੀ ਇਹ ਸ਼ੋਅ ਬਹੁਤ ਜ਼ਿਆਦਾ ਪਸੰਦ ਆਇਆ ਹੋਵੇਗਾ ਇਹਨਾਂ ਦੋਹਾਂ ਦਾ ਮੁਕਾਬਲਾ ਦੇਖ ਕੇ ਬਹੁਤ ਮਜ਼ਾ ਆਇਆ ਹੋਵੇਗਾ ਕਿਉਂਕਿ ਮੈਨੂੰ ਤਾਂ ਬਹੁਤ ਜ਼ਿਆਦਾ ਮਜ਼ਾ ਆਇਆ ਤੇ ਫਿਰ ਮਿਲਦੇ ਹਾਂ ਅਗਲੇ ਐਪੀਸੋਡ 'ਚ ਅਗਲੀ ਟੀਮ ਦੇ ਨਾਲ ਉਦੋਂ ਤੱਕ ਲਈ ਸਾਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਪਣੀਆਂ ਫੇਵਰੇਟ ਪੰਜਾਬੀ ਫਿਲਮਾਂ ਅਤੇ ਸ਼ੋਜ਼ ਦੇਖਣ ਲਈ ਸਬਸਕ੍ਰਾਈਬ ਕਰੋ ਪਿਟਾਰਾ ਦਾ ਅਫੀਸ਼ੀਅਲ YouTube ਚੈਨਲ ਤੇ ਪ੍ਰੈਸ ਕਰੋ ਬੈਲ ਆਈਕਨ ਕੋਈ ਵੀ ਲੇਟੈਸਟ ਅਪਡੇਟ ਮਿਸ ਨਾ ਕਰਨ ਲਈ